ਜਸ ਪੰਜਾਬੀ ਦੇ ਇਸ ਐਪੀਸੋਡ ਵਿੱਚ ਸੂਝਵਾਨ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਮੈਂ ਗੁਰਚਰਨਜੀਤ ਸਿੰਘ ਲਾਂਬਾ ਆਪ ਦੀ ਸੇਵਾ ਵਿੱਚ ਇੱਕ ਖਾਸ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸਾਡੀ ਰੂਹ ਸਾਡੀ ਜ਼ਿੰਦਗੀ ਸਾਡਾ ਸਾਰਾ ਕੁਝ ਜਿਸ ਤੇ ਨਿਰਭਰ ਹੈ ਜਿਹੜੇ ਦੀਨ ਦੁਨੀ ਦੇ ਮਾਲਕ ਉਸ ਸੱਚੇ ਪਾਤਸ਼ਾਹ ਦਾ ਤਖਤ ਹੈ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਹਨ ਉਸ ਦੇ ਬਾਰੇ ਅੱਜ ਅਸੀਂ ਕੁਝ ਜਾਣਕਾਰੀ ਦਵਾਂਗੇ ਔਰ ਫਿਰ ਬਹੁਤ ਹੀ ਅਹਿਮ ਸਵਾਲ ਕਿ ਕੀ ਜਿਸ ਮਕਸਦ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਉਸਾਰਿਆ ਉਸਦੇ ਉੱਤੇ ਬਹਿ ਕੇ ਹੁਕਮਨਾਮੇ ਜਾਰੀ ਕੀਤੇ ਉਸ ਮਹਾਨ ਤਖਤ ਤੋਂ ਜਿੱਥੋਂ بار بار ਹੁਕਮਨਾਮੇ ਜਾਰੀ ਹੋਏ ਜਿਸ ਨੇ ਕੌਮ ਦੇ ਸਾਰੀ ਜ਼ਿੰਦਗੀ ਨੂੰ ਇੱਕ ਰੋਸ਼ਨੀ ਦਿੱਤੀ ਇੱਕ ਸੇਧ ਦਿੱਤੀ ਉਸ ਮਹਾਨ ਤਖਤ ਉਸ ਦੇ ਜਥੇਦਾਰ ਜਦੋਂ ਅਕਾਲੀ ਫੂਲਾ ਸਿੰਘ ਵਰਗੇ ਜਦੋਂ ਇੱਥੇ ਜਥੇਦਾਰ ਹੁੰਦੇ ਸੀ ਔਰ ਅੱਜ ਦੀ ਹਾਲਤ ਵਿੱਚ ਅਕਾਲ ਤਖਤ ਸਾਹਿਬ ਕੀ ਉਹ ਸੇਦ ਉਸ ਗੌਰਵ ਨੂੰ ਉਸ ਪ੍ਰਾਤਨਤਾ ਨੂੰ ਕਿਸ ਤਰ੍ਹਾਂ ਬਹਾਲ ਕਰ ਸਕਦਾ ਹੈ ਕਿਸ ਤਰ੍ਹਾਂ ਉਸ ਨੂੰ ਕਾਇਮ ਕਰ ਸਕਦਾ ਹੈ ਔਰ ਕੀ ਸਾਨੂੰ ਉਸ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਪਿਛੋਕਰ ਔਰ ਮੌਜੂਦਾ ਹਾਲਾਤ ਦੋਨੋਂ ਨੂੰ ਸੀ ਵਿਚਾਰਾਂਗੇ ਔਰ ਖਾਸ ਤੌਰ ਤੇ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਨਸੈਪਟ ਉਸ ਦੇ ਮਕਸਦ ਉਦੇ ਸਿੰਘ ਸਰਬੰਦ ਦਾ ਰਤਬਾ ਉਹਨਾਂ ਬਾਰੇ ਕੋਈ ਠੋਸ ਔਰ ਸੂਝਵਾਨ ਜਿਹੜੇ ਸੁਝਾਅ ਹੋਣ ਉਹ ਜ਼ਰੂਰ ਅਸੀਂ ਉੱਥੇ ਤੱਕ ਪਹੁੰਚਾਈਏ ਜਿੱਥੋਂ ਕੇ ਉਹ ਪਾਲਿਸੀਜ਼ ਬਣਦੀਆਂ ਹਨ ਜਾਂ ਜਿੱਥੋਂ ਕੇ ਉਹ ਸਾਰਾ ਕੁਝ ਲਾਗੂ ਹੁੰਦਾ ਹੈ ਕਿਸੇ ਵੀ ਵਿਅਕਤੀ ਲਈ ਆਪਣੀ ਗੱਲ ਪਹੁੰਚਾਣ ਦੇ ਦੋ ਸਾਧਨ ਹੁੰਦੇ ਹਨ ਜਾਂ ਤਾਂ ਉਸ ਦੀ ਆਪਣੀ ਆਵਾਜ਼ ਦੇ ਵਿੱਚ ਇਤਨੀ ਬੁਲੰਦੀ ਹੋਏ ਇਤਨੀ ਗਰਜਨ ਹੋਏ ਇਤਨੀ ਸ਼ਰਿਲਨੈਸ ਹੋਏ ਕਿ ਉਸ ਦੀ ਗੱਲ ਦੂਰ ਤੱਕ ਪਹੁੰਚੇ ਪਰ ਜੇਕਰ ਉਹ ਨਾ ਕਰ ਸਕੇ ਤਾਂ ਉਸ ਲਈ ਫਿਰ ਇੱਕ ਆਸਾਨ ਸਾਧਨ ਹੈ ਕਿ ਉਹ ਐਂਪਲੀਫਾਇਰ ਜਾਂ ਤੋਤੂ ਵੱਡਾ ਇਸਤੇਮਾਲ ਕਰ ਲਵੇ ਅੱਜ ਤੁਹਾਡੇ ਕੋਲ ਜਸ ਪੰਜਾਬੀ ਵਰਗਾ ਇੱਕ ਬਹੁਤ ਕਾਮਯਾਬ ਔਰ ਇੱਕ ਪਾਵਰਫੁਲ ਤਾਕਤਵਰ ਤੁਹਾਡੇ ਕੋਲ ਇੱਕ ਐਂਪਲੀਫਾਇਰ ਹੈ ਜਿਹੜੀ ਆਵਾਜ਼ ਤੁਹਾਡੀ ਉੱਥੇ ਤੱਕ ਪਹੁੰਚਾ ਸਕਦਾ ਹੈ ਸੋ ਸਭ ਤੋਂ ਪਹਿਲਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਉਸ ਦਾ ਪਿਛੋਕੜ ਉਸ ਦੀ ਕਾਇਮੀ ਉਸ ਦਾ ਮਕਸਦ ਕੀ ਇਹ ਗੁਰਦੁਆਰਾ ਹੈ ਇਸ ਨੂੰ ਕਿਉਂ ਬਣਾਇਆ ਗਿਆ ਸ੍ਰੀ ਹਰਮੰਦਰ ਸਾਹਿਬ ਮੌਜੂਦ ਸੀ ਫਿਰ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਉਂ ਹੋਈ ਇਹ ਹੁਕਮਨਾਮੇ ਕਿਉਂ ਜਾਰੀ ਕੀਤੇ ਗਏ ਕਿਸੇ ਹੋਰ ਧਰਮ ਦੇ ਵਿੱਚ ਐਸਾ ਕਨਸੈਪਟ ਨਹੀਂ ਹੈ ਇਹ ਯੂਨੀਕਨੈਸ ਕਿਉਂ ਹੈ ਇਸ ਦੀ ਲੋੜ ਕੀ ਸੀ ਇਹ ਅੱਧੇ ਘੰਟੇ ਵਿੱਚ ਤਕਰੀਬਨ ਅਸੀਸ ਤੇ ਵਿਚਾਰ ਕਰਾਂਗੇ ਤਦ ਤੱਕ ਤੁਸੀਂ ਇਸ ਨੂੰ ਜ਼ਰੂਰ ਗੋ ਨਾ ਵੇਖਣਾ ਔਰ ਆਪਣੇ ਸੁਝਾਅ ਜੋ ਹਨ ਤਾਂ ਕਿ ਅਮਲੀ ਰੂਪ ਵਿੱਚ ਅਸੀਂ ਠੀਕ ਸੁਝਾਅ ਪੰਥ ਪੰਥ ਦੇ ਇਸ ਪੜ ਦੇ ਵਿੱਚ ਪੰਥ ਦੀ ਕਚਹਿਰੀ ਦੇ ਵਿੱਚ ਅਸੀਂ ਰੱਖ ਸਕੀਏ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਉਜਵਲ ਹੋ ਸਕੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਕਨਸੈਪਟ ਇਸ ਵਿੱਚ ਇੱਕ ਬੜੀ ਅਜੀਬ ਹੈ ਜਿਹੜੀ ਕਿ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਹੈ ਅੱਜ ਕਿਸੇ ਹੋਰ ਧਰਮ ਦੇ ਵਿੱਚ ਕੋਈ ਐਸੀ ਅਥਾਰਟੀ ਨਹੀਂ ਹੈ ਜਿਵੇਂ ਹਿੰਦੂਇਜ਼ਮ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਹੁਕਮ ਸ਼੍ਰੀ ਕ੍ਰਿਸ਼ਨ ਦਾ ਹੈ ਜਾਂ ਸ਼੍ਰੀ ਰਾਮਚੰਦਰ ਜੀ ਦਾ ਹੈ ਕੋਈ ਇਸਲਾਮ ਦੇ ਵਿੱਚ ਐਸੀ ਕੋਈ ਅਥਾਰਟੀ ਨਹੀਂ ਹੈ ਜਿਹੜੀ ਇਹ ਕਵੇ ਕਿ ਇਹ ਹੁਕਮ ਰਸੂਲ ਅਕਰਾਮ ਸੱਲੱਲਾਹੁ ਅਲੇ ਵਾਲੇ ਵਸੱਲਮ ਦਾ ਹੁਕਮ ਹੈ ਜਾ ਕ੍ਰਿਸਚੀਅਨਿਟੀ ਦੇ ਵਿੱਚ ਕੋਈ ਕਵੇ ਕਿ ਇਹ ਹਜ਼ਰਤ ঈਸਾ ਦਾ ਇਹ ਹੁਕਮ ਹੈ ਪਰ ਕਮਾਲ ਹੈ ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਥ ਗੁਰੂ ਪੰਥ ਬਣ ਕੇ ਜਦੋਂ ਇਕੱਤਰ ਹੋ ਕੇ ਕੋਈ ਫੈਸਲਾ ਕਰੇ ਤਾਂ ਉਹ ਫਿਰ ਹੁਕਮ ਹੀ ਨਹੀਂ ਹੁਕਮਨਾਮਾ ਬਣ ਜਾਂਦਾ ਹੈ ਸਿੱਖ ਲਈ ਉਹ ਇੱਕ ਹੁਕਮ ਹੈ ਜਿਸ ਦੇ ਤਹਿਤ ਉਹ ਪਾਬੰਦ ਹੈ ਪਰ ਇਸ ਦੇ ਨਾਲ ਇੱਕ ਹੋਰ ਮੁੱਦਾ ਜਿਸ ਦੇ ਤੇ ਆਪ ਦੇ ਵਿਚਾਰਾਂ ਦੀ ਵੀ ਲੋੜ ਹੈ ਕਿ ਜੇਕਰ ਉਹ ਹੁਕਮ ਜਾਰੀ ਹੁੰਦਾ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਤਾਂ ਦੂਸਰੇ ਪਾਸੇ ਜੇਕਰ ਸਰਕਾਰ ਜਾਂ ਸੰਵਿਧਾਨ ਦਾ ਕੋਈ ਐਸਾ ਆਦੇਸ਼ ਹੈ ਤੇ ਕੀ ਜੇ ਉਹਨਾਂ ਵਿੱਚ ਕੰਟਰਡਿਕਸ਼ਨ ਹੁੰਦੀ ਹੈ ਸਾ ਫਿਰ ਕੀ ਕਿਸੇ ਐਸੀ ਕਨਸਟੀਟਿਊਸ਼ਨਲ ਮਸ਼ੀਨਰੀ ਦੀ ਕਿਸੇ ਐਸੀ ਅਰੇਂਜਮੈਂਟ ਦੀ ਲੋੜ ਹੈ ਤਾਂ ਕਿ ਇਸ ਚੀਜ਼ ਨੂੰ ਇਸ ਟਕਰਾਅ ਤੋਂ ਬਚਿਆ ਜਾ ਸਕੇ ਸੋ ਇਹ ਬਹੁਤ ਗੰਭੀਰ ਮਸਲੇ ਹਨ ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਮੈਂ ਆਪ ਨੂੰ ਇਸ ਦਾ ਪਿਛੋਕੜ ਔਰ ਇਹ ਸਾਰੀ ਗੱਲਬਾਤ ਕਰਨ ਤੋਂ ਬਾਅਦ ਫਿਰ ਤੁਹਾਡੇ ਸੂਝਵਾਨ ਵਿਚਾਰ ਜਿਹੜੇ ਹਨ ਤਾਂ ਕਿ ਅਸੀਂ ਉਹਨਾਂ ਨੂੰ ਅੱਗੇ ਤੱਕ ਪਹੁੰਚਾ ਸਕੀਏ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੁਬ ਖੁਦਾਏ ਈਮਨ ਮੰਨੇ ਆਨ ਕੀ ਇੱਕ ਸੱਚੇ ਬਿਨ ਸੱਚੇ ਪਾਤਸ਼ਾਹ ਹੈ ਸੱਚੇ ਪਾਤਸ਼ਾਹ ਦਾ ਇਹ ਤਖਤ ਹੈ ਦੁਨਿਆਵੀ ਤਖਤ ਜਿੰਨੇ ਹਨ ਉਹ ਸਮਾਬਦ ਹਨ ਤੇ ਸੀਮਾਬਦ ਹਨ ਜਿੰਨੀ ਦੇਰ ਤੱਕ ਉਹ ਬਾਦਸ਼ਾਹ ਹੈ ਉੰਨੀ ਦੇਰ ਤੱਕ ਉਸਦਾ ਸਿੱਕਾ ਚੱਲਦਾ ਹੈ ਉਸਦੀ ਜੀਓਗ੍ਰਾਫੀਕਲ ਬਾਉਂਡਰੀਜ਼ ਦੇ ਅੰਦਰ ਉਸਦਾ ਹੁਕਮ ਚੱਲਦਾ ਹੈ ਜੇ ਉਸਦੀ ਜੀਓਗ੍ਰਾਫੀਕਲ ਬਾਉਂਡਰੀ ਤੋਂ ਬਾਹਰ ਚਲਾ ਜਾਏ ਜਾਂ ਉਸਦੇ ਸਮਇਤ ਸਮੇਂ ਤੋਂ ਬਾਅਦ ਚਲਾ ਜਾਏ ਤਾਂ ਹੁਕਮ ਦਰਸਤ ਹੋ ਜਾਂਦਾ ਹੈ ਉਸਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਪਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਇਹ ਤਖਤ ਨਾ ਤਾਂ ਸਮਾਬਦ ਹੈ ਨਾ ਤਾਂ ਇਹ ਸੀਮਾਬਦ ਹੈ ਇਹ ਦੋਨਾਂ ਤੋਂ ਪਰੇ ਹੈ ਇਹ ਅਕਾਲ ਦਾ ਤਖਤ ਹੈ ਅਕਾਲ ਦੇ ਹੁਕਮ ਦੇ ਨਾਲ ਗੁਰੂ ਸਾਹਿਬ ਨੇ ਇਸ ਦੀ ਸਿਰਜਣਾ ਕੀਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਜੋਤੀ ਜੋਤ ਸਮਾ ਗਏ ਜਦੋਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਅਵਸਥਾ ਕੇਵਲ 11 ਸਾਲ ਦੀ ਸੀ ਹੁਣ ਤੁਸੀਂ ਅੰਦਾਜ਼ ਲਗਾਓ ਕਿ ਕੇਵਲ 11 ਸਾਲ ਦੀ ਅਵਸਥਾ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਰ ਉਹ ਉਮਰ ਨਾਲ ਕੋਈ ਤੱਲਕ ਨਹੀਂ ਕਿਉਂਕਿ ਉਹ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਸੀ ਉਹ ਜੋਤ ਅਕਾਲ ਪੁਰਖ ਦੀ ਜੋਤ ਸੀ ਜਿਸ ਦੇ ਬਾਰੇ ਸਾਹਿਬ ਸ੍ਰੀ ਗੁਰੰਥ ਸਾਹਿਬ ਨੇ ਖੁਦ ਗਵਾਹੀ ਦਿੱਤੀ ਹੈ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਇਹ ਅਕਾਲ ਪੁਰਖ ਦੀ ਅਗੰਮੀ ਜੋਤ ਸੀ ਜਿਹੜੀ ਉਸ 11 ਸਾਲ ਦੀ ਅਵਸਥਾ ਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਸਤ ਪਤ ਗਿੱਤੀ ਗਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਦਸਤਾਰਬੰਦੀ ਹੋਈ ਜਦੋਂ ਉਹਨਾਂ ਨੂੰ ਗੁਰਿਆਈ ਦੀ ਗੱਦੀ ਦਿੱਤੀ ਗਈ ਤਾਂ ਉਸ ਵੇਲੇ ਆਮ ਸੁਣਿਆ ਹੈ ਜਦੋਂ ਦੱਸਿਆ ਜਾਂਦਾ ਹੈ ਕਿ ਬਾਬਾ ਬੁੱਢਾ ਜੀ ਨੇ ਸੇਲੀ ਤੇ ਟੋਪੀ ਸੇਲੀ ਟੋਪੀ ਦਰਅਸਲ ਇਹ ਵੀ ਵਿਚਾਰਨ ਵਾਲੀ ਗੱਲ ਹੈ ਇਹ ਸੇਲੀ ਟੋਪੀ ਇੱਕ ਲਫ਼ਜ਼ ਨਹੀਂ ਹੈ ਇਹ ਦੋਨੋਂ ਵੱਖਰੇ ਵੱਖਰੇ ਲਫ਼ਜ਼ ਹਨ ਸੇਲੀ ਇਕ ਉਹਨ ਦੀ ਬਣੀ ਹੋਈ ਮਾਲਾ ਹੁੰਦੀ ਹੈ ਜਿਹੜੇ ਫਕੀਰ ਪਾਉਂਦੇ ਸਨ ਪਰ ਇਹਨਾਂ ਦੋਨਾਂ ਨੂੰ ਜੋੜ ਕੇ ਸੇਲੀ ਟੋਪੀ ਕਰ ਦਿੱਤਾ ਗਿਆ ਸ਼ਾਇਦ ਇਹ ਕੋਈ ਖਾਸ ਕਿਸਮ ਦੀ ਟੋਪੀ ਹੈ ਦਰਅਸਲ ਇਹ ਸੇਲੀ ਸੀ ਜਿਹੜੀ ਫਕੀਰਾਂ ਦੇ ਪਾਣ ਵਾਲੀ ਉਹਨ ਦੀ ਮਾਲਾ ਸੀ ਜਿਸ ਨੂੰ ਧਾਰਮਿਕ ਵਿਅਕਤੀ ਪਾਉਂਦੇ ਸਨ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵਧੀਆਂ ਔਰ ਇਸ ਦਸਤਾਰ ਬੰਦੀ ਦੇ ਉੱਤੇ ਉਹ ਜਿਹੜੀ ਦਸਤਾਰ ਗੁਰੂ ਅਰਜਨ ਦੇਵ ਜੀ ਦੀ ਦਸਤਾਰ ਜਦੋਂ ਉਹਨਾਂ ਦੇ ਸੀਸ ਦੇ ਉੱਤੇ ਆਈ ਗੁਰੂ ਅਰਜਨ ਦੇਵ ਜੀ ਨੇ ਖੁਦ ਲਿਖਿਆ ਹੈ ਮੇਰੇ ਕੋਲ ਮੇਰੇ ਸਿਰ ਦੇ ਉੱਤੇ ਜਿਹੜੀ ਦਸਤਾਰ ਹੈ ਇਹ ਅਕਾਲ ਪੁਰਖ ਦੀ ਦਸਤਾਰ ਹੈ ਉਹਨਾਂ ਨੇ ਖੁਦ ਬਚਨ ਕੀਤੇ ਹਉ ਗੋਸਾਈ ਦਾ ਪਹਿਲਵਾਨਣਾ ਮੈਂ ਗੁਰਮਿਲ ਉੱਚ ਦਮਾਲਣਾ ਸਭ ਹੋਈ ਛਿੰਝ ਇਕੱਠੀਆਂ ਬੈਠਾ ਬੈਠਾ ਵੇਖੇ ਆਪ ਜੀਓ ਬਾਤ ਵਜਣ ਟਮਕਟੇਰੀਆਂ ਮੱਲਥੇ ਲੈਂਦੇ ਫੇਰੀਆਂ ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਜਿਹੜੀ ਦਸਤਾਰ ਗੁਰੂ ਅਰਜਨ ਦੇਵ ਜੀ ਦੀ ਦਸਤਾਰ ਸੀ ਉਹ ਦਸਤਾਰ ਜਦੋਂ ਗੁਰਹਰਗਬਿੰਦ ਸਾਹਿਬ ਦੇ ਸੀਸ ਦੇ ਉੱਤੇ ਸਜਾ ਦਿੱਤੀ ਗਈ ਤਾਂ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਹੈ ਕਿਹੜਾ ਗਮਗੀਨ ਮਾਹੌਲ ਹੋਏਗਾ ਕਿੰਨੀ ਦਹਿਸ਼ਤ ਦਾ ਮਾਹੌਲ ਹੋਏਗਾ ਪਰ ਉਸ ਵੇਲੇ 11 ਸਾਲ ਦੇ ਗੁਰਹਰਗਬਿੰਦ ਸਾਹਿਬ ਨੇ ਜਦੋਂ ਉੱਥੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਤਾਂ ਨੱਥਾ ਤੇ ਟਾਡੀ ਜਿਹੜੇ ਟਾਡੀ ਸਨ ਗੁਰੂ ਘਰ ਦੇ ਉਸ ਵੇਲੇ ਟਾਡੀ ਸਨ ਨੱਥਾ ਤੇ ਅਬਦੁੱਲਾਹ ਉਹਨਾਂ ਨੇ ਪੜਿਆ ਕਿ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਪਗ ਤੇਰੀ ਕੇ ਜਹਾਂਗੀਰ ਦੀ ਇਹ ਅਥਾਰਟੀ ਸੀ ਇਹ ਅਕਾਲ ਦਾ ਤਖਤ ਸੀ ਉਸ ਜਗ੍ਹਾ ਦੇ ਉੱਤੋਂ ਗੁਰੂ ਸਾਹਿਬ ਨੇ ਹੁਕਮ ਜਾਰੀ ਕੀਤੇ ਹੁਕਮਨਾਮੇ ਜਾਰੀ ਕੀਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਕੋਈ ਮਾਇਆ ਦੀ ਲੋੜ ਨਹੀਂ ਹੋਰ ਕਾਰਪੇਟ ਦੀ ਲੋੜ ਨਹੀਂ ਜੇ ਤੁਸੀਂ ਮੈਨੂੰ ਇੱਥੇ ਦੇਣਾ ਹੈ ਚੰਗੀ ਜਵਾਨੀ ਚੰਗੇ ਘੋੜੇ ਚੰਗੇ ਸ਼ਸਤਰ ਇੱਥੇ ਪੇਟਾ ਕੀਤੇ ਜਾਂਦੇ 13 ਸਾਲ ਦੀ ਅਵਸਥਾ ਦੇ ਵਿੱਚ ਸਾਹਿਬ ਸਿਰ ਗੁਰ ਹਰਗੋਬਿੰਦ ਸਾਹਿਬ ਨੇ ਉਸ ਅਕਾਲ ਤਖਤ ਸਾਹਿਬ ਦੇ ਉਸ ਸਦੀਵੀ ਤਖਤ ਦੀ ਨਿਰਮਾਣ ਕੀਤਾ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦੀਆਂ ਤਿੰਨ ਇਮਾਰਤਾਂ ਬਣਾਈਆਂ ਹਰੀ ਸਿੰਘ ਨਲਵਾ ਸਿੱਖ ਜਰਨੈਲ ਉਹਨਾਂ ਨੇ ਉਸ ਦੀਆਂ ਦੋ ਮੰਜ਼ਲਾ ਔਰ ਗੁੰਬਦ ਜੋ ਹੈ ਤਾਬੀਰ ਕੀਤਾ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਇਹ ਜੋ ਤਸਵੀਰ ਆਪ ਵੇਖ ਰਹੇ ਹੋ ਸਭ ਤੋਂ ਪਹਿਲੀ ਤਸਵੀਰ ਇਹ ਕਿੰਨਾ ਸੋਹਣਾ ਨਜ਼ਾਰਾ ਹੈ ਜੇ ਇਸ ਨੂੰ ਤੁਸੀਂ ਵੇਖੋ ਉਸ ਪਾਵਨ ਸਰੋਵਰ ਦੇ ਵਿਚਕਾਰ ਸ੍ਰੀ ਹਰਮੰਦਰ ਸਾਹਿਬ ਹੈ ਔਰ ਦਰਸ਼ਨੀ ਜੋੜੀ ਦੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਹੈ ਪਰ ਉਹ ਅਕਾਲ ਤਖਤ ਸਾਹਿਬ ਜੋ ਹੈ ਉਹ ਬਿਲਕੁਲ ਉਹਦੇ ਸਾਹਮਣੇ ਨਹੀਂ ਹੈ ਬਲਕਿ ਥੋੜਾ ਐਂਗਲ ਦੇ ਉੱਤੇ ਤਿਰਛਾ ਹੈ ਟੇਡਾ ਹੈ ਮਕਸਦ ਇਹ ਸੀ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਬੈਠਿਆ ਸ੍ਰੀ ਹਰਮੰਦਰ ਸਾਹਿਬ ਦੇ ਦੀਦਾਰ ਹੋਣਗੇ ਯਾਨੀ ਉਸ ਜਗ੍ਹਾ ਦੇ ਉੱਤੋਂ ਸ੍ਰੀ ਹਰਮੰਦਰ ਸਾਹਿਬ ਦੇ ਜਦੋਂ ਦੁਨਿਆਵੀ ਤਖਤ ਦੇ ਉੱਤੇ ਬੈਠਿਆ ਵੀ ਦੁਨਿਆਵੀ ਫੈਸਲੇ ਲੈਂਦਿਆਂ ਵੀ ਧਰਮ ਅੱਗੇ ਹੋਏਗਾ ਇਹ ਮੀਰੀ ਪੀਰੀ ਦੇ ਕਨਸੈਪਟ ਉਸ ਸੁਮੇਲ ਦੀ ਗੱਲ ਜਿਹੜੀ ਹੈ ਇੱਥੋਂ ਕੀਤੀ ਗਈ ਪਰ ਸ੍ਰੀ ਹਰਮੰਦਰ ਸਾਹਿਬ ਵਿੱਚ ਬੈਠਿਆਂ ਸ੍ਰੀ ਅਕਾਲ ਤਖਤ ਸਾਹਿਬ ਨਜ਼ਰ ਨਹੀਂ ਆਂਦਾ ਦਰਅਸਲ ਹਿੰਦੁਸਤਾਨ ਦੀ ਪੁਰਾਣੀ ਸਭਿਅਤਾ ਨੇ ਇਹ ਕਿਹਾ ਸੀ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਜਾਂ ਤਾਂ ਸੂਰਮਾ ਹੋਣਾ ਚਾਹੀਦਾ ਹੈ ਜਾਂ ਫਿਰ ਭਗਤ ਹੋਣਾ ਚਾਹੀਦਾ ਹੈ ਪਰ ਗੁਰਮਤ ਨੇ ਇਸ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਹਜ਼ੂਰ ਨੇ ਤਾਂ ਕਿਹਾ ਤਨ ਜੀ ਉਹ ਤੇ ਕੋ ਜਗ ਮੇ ਮੁਖਤੇ ਹਰ ਚਿੱਤ ਮੇ ਜੁਦ ਵਿਚਾਰੇ ਇਹ ਦੋਨੋਂ ਇਸ ਸੰਤ ਸਿਪਾਹੀ ਦਾ ਜਿਹੜਾ ਸੰਕਲਪ ਸੀ ਇਸ ਸੰਤ ਸਿਪਾਹੀ ਦਾ ਜਿਹੜਾ ਤਸਵਰ ਸੀ ਇਮੀਰੀ ਪੀਰੀ ਦਾ ਜਿਹੜਾ ਕਨਸੈਪਟ ਸੀ ਇਹ ਦੀਨ ਔਰ ਦੁਨੀ ਦੋਨਾਂ ਦਾ ਜਿਹੜਾ ਕਨਸੈਪਟ ਸੀ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅਮਲੀ ਰੂਪ ਵਿੱਚ ਪ੍ਰੈਕਟੀਕਲ ਸ਼ੇਪ ਦੇ ਵਿੱਚ ਇੱਥੇ ਉਹਨਾਂ ਨੇ ਪ੍ਰਤੀਮਾਨ ਕੀਤਾ ਮੀਰੀ ਪੀਰੀ ਬਾਰੇ ਜੇ ਇੱਕ ਗੱਲ ਹੋਰ ਕਹਿ ਲਈ ਜਾਏ ਕਿ ਆਮ ਤੌਰ ਦੇ ਉੱਤੇ ਹਰ ਸਰਕਾਰ ਕੋਈ ਵੀ ਸਰਕਾਰ ਹੋਏ ਭਾਵੇਂ ਆਪਣੀ ਹੋਏ ਬੇਗਾਨਿਆਂ ਦੀ ਹੋਏ ਬਾਹਰੋਂ ਆਈ ਹੋਏ ਜਾਂ ਇੱਥੋਂ ਉੱਠੀ ਹੋਏ ਹਰ ਸਰਕਾਰ ਦਾ ਇਹ ਕਹਿਣਾ ਹੈ ਅਸੀਂ ਧਰਮ ਔਰ ਰਾਜਨੀਤੀ ਨੂੰ ਵੱਖ ਕਰ ਦੇਵਾਂਗੇ ਪਰ ਧਰਮ ਔਰ ਰਾਜਨੀਤੀ ਮੀਰੀ ਔਰ ਪੀਰੀ ਦੇ ਵਿੱਚ ਫਰਕ ਕੀ ਹੈ ਇੱਕ ਬੜਾ ਨੁਕਤਾ ਗਿਆਨੀ ਹੀਰਾ ਸਿੰਘ ਦਰਦ ਬਹੁਤ ਮਹਾਨ ਫਿਲਾਸਫਰ ਵੀ ਹੋਏ ਹਨ ਔਰ ਕ੍ਰਾਂਤੀਕਾਰੀ ਵੀ ਹੋਏ ਹਨ ਉਹਨਾਂ ਨੇ ਕਿਹਾ ਹੈ ਇਹ ਸਮਝਣਾ ਚਾਹੀਦਾ ਹੈ ਧਰਮ ਤੇ ਰਾਜਨੀਤੀ ਹੈ ਕੀ ਚੀਜ਼ ਹੈ ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਉਹ ਭਾਵੇਂ ਸਾਡਾ ਖਾਣ ਪਾਣ ਹੋਏ ਸਾਡਾ ਰਹਿਣ ਸਹਿਣ ਹੋਵੇ ਸਾਡਾ ਪਹਿਰਾਵਾ ਹੋਵੇ ਸਾਡੀ ਬੋਲਚਾਲ ਹੋਵੇ ਸਾਡੀ ਦਸਤਾਰ ਹੋਵੇ ਕਿਸੇ ਦੀ ਸੇਵਾ ਕਰਨੀ ਹੋਵੇ ਕਿਸੇ ਦੇ ਹੱਕ ਦੇ ਰਾਖੀ ਲਈ ਕੁਰਬਾਨੀ ਕਰਨੀ ਹੋਵੇ ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਾ ਲੱਗੇ ਉਹ ਰਾਜਨੀਤੀ ਹੈ ਪਰ ਜੇ ਤੁਸੀਂ ਉਸੇ ਚੀਜ਼ ਲਈ ਕੁਰਬਾਨੀ ਕਰਨ ਲਈ ਤਿਆਰ ਹੋ ਜਾਓ ਤਾਂ ਫਿਰ ਉਹ ਧਰਮ ਬਣ ਜਾਂਦਾ ਹੈ ਬਸ ਇਹੀ ਫਰਕ ਹੈ ਸਿੱਖ ਆਪਣੀ ਜ਼ਿੰਦਗੀ ਨੂੰ ਕੰਪਾਰਟਮੈਂਟਲਾਈਜ਼ ਨਹੀਂ ਕਰ ਸਕਦਾ ਇਹ ਨਹੀਂ ਕਹਿ ਸਕਦਾ ਕਿ ਇਹ ਮੇਰਾ ਜੀਵਨ ਇਹ ਮੇਰਾ ਪੱਖ ਨਿਜੀ ਹੈ ਇਹ ਮੇਰਾ ਪੱਖ ਵਪਾਰਕ ਹੈ ਇਹ ਮੇਰਾ ਪੱਖ ਪਰਿਵਾਰਕ ਹੈ ਉਹ ਹਰ ਚੀਜ਼ ਨੂੰ ਹਰ ਜ਼ਿੰਦਗੀ ਦੇ ਹਰ ਪੱਖ ਨੂੰ ਧਰਮ ਯੁੱਧ ਕਰਕੇ ਲੜਦਾ ਹੈ ਉਸ ਨੂੰ ਹਰ ਚੀਜ਼ ਨੂੰ ਉਸ ਦਾ ਧਰਮ ਹੈ ਹਰ ਚੀਜ਼ ਨੂੰ ਆਪਣਾ ਫਰਜ਼ ਧਰਮ ਸਮਝ ਕੇ ਪੂਰਾ ਕਰਦਾ ਹੈ ਹੁਣ ਦੂਸਰੀ ਤਸਵੀਰ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਹੋਰ ਨਜ਼ਾਰਾ ਹੈ ਜਿਹੜਾ ਕਿ ਇਸ ਦਾ ਸਰੋਵਰ ਦੇ ਪਰਲੇ ਪਾਸ ਦਰਸ਼ਨੀ ਜੁੜੇ ਦੇ ਨਾਲ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਤਸਵੀਰ ਹੈ ਉਸ ਦੇ ਵਿੱਚ ਵੇਖਾਂਗੇ ਕਿ ਅਕਾਲ ਤਖਤ ਸਾਹਿਬ ਔਰ ਸਚ Khand ਸ੍ਰੀ ਹਰਮੰਦਰ ਸਾਹਿਬ ਵਿੱਚ ਫਰਕ ਕੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਇੱਕ ਗੁਰਦੁਆਰਾ ਨਹੀਂ ਹੈ ਇਹ ਤਖਤ ਹੈ ਤਖਤ ਔਰ ਗੁਰਦੁਆਰੇ ਦੇ ਵਿੱਚ ਫਰਕ ਹੈ ਆਪ ਜੀ ਵੇਖ ਰਹੇ ਹੋ ਸੱਜੇ ਪਾਸੇ ਸ੍ਰੀ ਹਰਮੰਦਰ ਸਾਹਿਬ ਦਾ ਗੁੰਬਦ ਹੈ ਉਹ ਹਲੀਮੀ ਦਾ ਚਿੰਨ ਹੈ ਨਿਮਰਤਾ ਦਾ ਚਿੰਨ ਹੈ ਨਿਵਾਨ ਦਾ ਚਿੰਨ ਹੈ ਉੱਥੇ ਗੁੰਬਦ ਉਹ ਬੈਠਵਾ ਹੈ ਉਹ ਡਿਠਿਆ ਹੋਇਆ ਨਿਠਾ ਹੋਇਆ ਉਹ ਦਬਿਆ ਹੋਇਆ ਗੁੰਬਦ ਹੈ ਦੂਸਰੇ ਪਾਸੇ ਖੱਬੇ ਪਾਸੇ ਆਪ ਵੇਖ ਰਹੇ ਹੋ ਇਹ ਗੁੰਬਦ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਜੋ ਬੁਲੰਦ ਹੈ ਇਹ ਬੁਲੰਦੀ ਕਾਇਮ ਰੱਖਣਾ ਹੀ ਜਿਹੜਾ ਹੈ ਇਹ ਇਨਸਾਨ ਦਾ ਫਰਜ਼ ਹੈ ਸ੍ਰੀ ਅਕਾਲ ਤਖਤ ਸਾਹਿਬ ਇਕ ਸਨੇਹਾ ਦੇ ਰਿਹਾ ਹੈ ਕਿ ਇਨਸਾਨ ਨੂੰ ਆਪਣੀ ਬਲੰਦੀ ਨੂੰ ਕਾਇਮ ਰੱਖਣਾ ਇਹ ਉਸ ਦਾ ਵਲੀਨ ਫਰਜ਼ ਹੈ ਹਰ ਜਾਨਵਰ ਦੀ ਗਰਦਨ ਚੁੱਕੀ ਹੁੰਦੀ ਹੈ ਪਰ ਇਨਸਾਨ ਔਰ ਜਾਨਵਰ ਚ ਇਹੀ ਫਰਕ ਹੈ ਉਸ ਦੀ ਗਰਦਨ ਬੁਲੰਦ ਹੁੰਦੀ ਹੈ ਇਸ ਬਲੰਦੀ ਨੂੰ ਕਾਇਮ ਰੱਖਣ ਦਾ ਜਿਹੜਾ ਪ੍ਰਤੀਕ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਗੁੰਬਦ ਹੈ ਇਸ ਦੇ ਨਾਲ ਹੀ ਅਗਲੀ ਤਸਵੀਰ ਵਿੱਚ ਆਪ ਵੇਖੋਗੇ ਕਿ ਨਿਸ਼ਾਨ ਸਾਹਿਬ ਹਨ ਸੱਜੇ ਪਾਸੇ ਦੋ ਨਿਸ਼ਾਨ ਸਾਹਿਬ ਹਨ ਦੋ ਨਿਸ਼ਾਨ ਸਾਹਿਬ ਆਪ ਜੀ ਨੂੰ ਨਜ਼ਰ ਆ ਰਹੇ ਹਨ ਜਿਹੜੇ ਕਿ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਹਨ ਸੱਜੇ ਪਾਸੇ ਵਾਲਾ ਨਿਸ਼ਾਨ ਸਾਹਿਬ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹੈ ਪਰ ਖੱਬੇ ਪਾਸੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਮੀਰੀ ਔਰ ਪੀਰੀ ਫਿਰ ਉਹੀ ਗੱਲ ਆ ਰਹੀ ਹੈ ਕਿ ਹਰਮੰਦਰ ਸਾਹਿਬ ਦਾ ਨਿਸ਼ਾਨ ਸਾਹਿਬ ਉੱਚਾ ਹੈ ਉਸ ਤੋਂ ਤਕਰੀਬਨ ਡੇਢ ਫੁੱਟ ਨੀਵਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਇੱਕ ਕਨਸੈਪਟ ਦੇ ਤੌਰ ਦੇ ਉੱਤੇ ਵੀ ਗੁਰੂ ਸਾਹਿਬ ਨੇ ਜਦੋਂ ਇਸ ਦੀ ਸਿਰਜਣਾ ਕੀਤੀ ਇਸ ਕਨਸੈਪਟ ਨੂੰ ਕਿੰਨਾ ਕਲੀਅਰ ਔਰ ਕਿੰਨਾ ਸਪਸ਼ਟ ਕੀਤਾ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਅਗਲੀ ਤਸਵੀਰ ਆਪ ਦੇਖੋਗੇ ਉਸ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਦੀ ਇਹ ਤਸਵੀਰ ਹੈ ਹਰ ਗੁਰਦੁਆਰੇ ਦੇ ਵਿੱਚ ਆਪ ਦੇਖੋਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੰਘਾਸਨ ਦੇ ਉੱਤੇ ਬਿਰਾਜਮਾਨ ਕੀਤਾ ਜਾਂਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਹੈ ਗੁਰਦੁਆਰਾ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਦੀਨ ਦੁਨੀ ਔਰ ਚਵਰ ਛਤਰ ਦੇ ਮਾਲਕ ਹਨ ਕੇਵਲ ਔਰ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰਿਆਈ ਦੇ ਵਾਹਿਦ ਮਾਲਕ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਪਰ ਇੱਥੇ ਆਪ ਵੇਖ ਰਹੇ ਹੋ ਉਹ ਜੋ ਸਿੰਘਾਸਨ ਹੈ ਉਹ ਜੋ ਤਖਤ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੈ ਉੱਥੇ ਸ਼ਸਤਰ ਵਿਰਾਜਮਾਨ ਹੁੰਦੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਉਸ ਨੂੰ ਥੱਲੇ ਔਰ ਨੀਵੇਂ ਪ੍ਰਕਾਸ਼ ਕੀਤਾ ਜਾਂਦਾ ਹੈ ਕੇਵਲ ਇਹੀ ਨਹੀਂ ਅਗਲੀ ਤਸਵੀਰੇ ਚ ਆਪ ਦੇਖੋਗੇ ਖਾਲੀ ਅਕਾਲ ਤਖਤ ਸਾਹਿਬ ਤੇ ਨਹੀਂ ਸਾਹਮਣੇ ਸੱਜੇ ਪਾਸੇ ਉੱਤੇ ਤਖਤ ਸ੍ਰੀ ਕੇਸਗੜ ਸਾਹਿਬ ਹੈ ਕੇਸਗੜ ਸਾਹਿਬ ਦੇ ਵਿੱਚ ਵੀ ਸਾਹਮਣੇ ਤਖਤ ਦੇ ਉੱਤੇ ਸ਼ਸਤਰ ਬਿਰਾਜਮਾਨ ਹਨ ਬਾਹਰ ਥੱਲੇ ਗੁਰੂ ਗ੍ਰੰਥ ਸਾਹਿਬ ਹੈ ਥੱਲੇ ਖੱਬੇ ਪਾਸੇ ਜਿਹੜੀ ਤਸਵੀਰ ਹੈ ਉਹ ਵੀ ਕੇਸਕਰ ਸਾਹਿਬ ਦੇ ਸ਼ਸਤਰਾਂ ਦੀ ਹੀ ਤਸਵੀਰ ਹੈ ਸੱਜੇ ਪਾਸੇ ਥੱਲੇ ਆਪ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਦੀ ਦੇਖ ਰਹੇ ਹੋ ਜਿੱਥੇ ਵੀ ਤਖਤ ਦੇ ਉੱਤੇ ਸ਼ਸਤਰ ਵਿਰਾਜਬਾਨ ਹਨ ਸੋ ਕਨਸੈਪਟ ਦੇ ਤੌਰ ਦੇ ਉੱਤੇ ਇਹ ਹੁਣ ਸਾਨੂੰ ਸਮਝਣਾ ਪਏਗਾ ਕਿ ਗੁਰਦੁਆਰੇ ਔਰ ਤਖਤ ਦੇ ਵਿੱਚ ਇੱਕ ਬੁਨਿਆਦੀ ਫਰਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਵਿੱਚ ਜਾਓਗੇ ਤੁਹਾਨੂੰ ਝੁਕਣਾ ਪਏਗਾ ਪ੍ਰਸ਼ਾਦ ਲੈਣ ਲਈ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਝੁਕਣਾ ਪਏਗਾ ਪਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਪਏਗਾ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੁੰਦੀ ਹੈ ਪਰ ਤਖਤ ਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ ਤਖਤ ਦੀ ਪ੍ਰਕਰਮਾ ਨਹੀਂ ਹੁੰਦੀ ਤਖਤ ਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ ਤਖਤ ਦੀ ਪ੍ਰਕਰਮਾ ਨਹੀਂ ਹੈ ਸੋ ਇਹ ਮੋਢਲਾ ਫਰਕ ਹੈ ਇੱਥੇ ਇੱਕ ਗੱਲ ਯਾਦ ਆਂਦੀ ਹੈ ਕਿ ਕਾਫੀ ਚਿਰ ਪਹਿਲੇ ਪਟਨਾ ਸਾਹਿਬ ਦੇ ਵਿੱਚ ਸਰਦਾਰ ਕਪੂਰ ਸਿੰਘ ਜਦੋਂ ਸਟੇਜ ਦੇ ਉੱਤੇ ਖੜੇ ਹੋਏ ਬੋਲਣ ਲੱਗੇ ਤਾਂ ਉਸ ਵੇਲੇ ਪ੍ਰਧਾਨ ਸਾਹਿਬ ਸਨ ਉਹਨਾਂ ਨੇ ਕਿਹਾ ਸਰਦਾਰ ਸਾਹਿਬ ਇਹ ਤਖਤ ਹੈ ਇੱਥੇ ਤੁਸੀਂ ਕੋਈ ਪੋਲਿਟਿਕਸ ਦੀ ਗੱਲ ਨਹੀਂ ਕਰਨੀ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਸਰਦਾਰ ਸਾਹਿਬ ਨੇ ਉਹਨਾਂ ਦਾ ਹੱਥ ਫੜ ਲਿਆ ਕਹਿਣ ਲੱਗੇ ਕਿ ਤੁਸੀਂ ਤਖਤ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹੋ ਕੀ ਤੁਸੀਂ ਮੈਨੂੰ ਤਖਤ ਔਰ ਗੁਰਦੁਆਰੇ 'ਚ ਫਰਕ ਦੱਸ ਸਕਦੇ ਹੋ ਤਖਤ ਉਹ ਜਗ੍ਹਾ ਹੈ ਜਿੱਥੋਂ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਜਿੱਥੋਂ ਆਦੇਸ਼ ਜਾਰੀ ਕੀਤੇ ਔਰ ਅੱਜ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਮੈਂ ਇਥੋਂ ਰਾਜਨੀਤੀ ਦੀ ਗੱਲ ਨਾ ਕਰਾਂ ਹਾਂ ਫਰਕ ਹੈ ਰਾਜਨੀਤੀ ਕਿਸ ਚੀਜ਼ ਦੀ ਧਰਮ ਦੀ ਅਗਰ ਰਾਜਨੀਤੀ ਹੁੰਦੀ ਹੈ ਤਾਂ ਉਹ ਜਾਇਜ਼ ਹੈ ਪਰ ਜੇ ਅਗਰ ਰਾਜਨੀਤੀ ਉਸ ਧਰਮ ਨੂੰ ਆਪਣੇ ਮਕਸਦ ਲਈ ਵਰਤਦੀ ਹੈ ਤਾਂ ਉਹ ਨਿੰਦਣਯੋਗ ਹੈ ਉਸ ਤੋਂ ਕਟਿਆ ਹਰਕਤ ਕੋਈ ਨਹੀਂ ਹੋ ਸਕਦੀ ਦਰਅਸਲ ਦੋ ਰਾਜਨੀਤਿਕ ਪਾਰਟੀਆਂ ਦੋਨੋਂ ਹੀ ਇਹ ਕਹਿ ਰਹੀਆਂ ਹਨ ਇੱਕ ਤਾਂ ਕਹਿ ਰਹੀ ਹੈ ਕਿ ਅਸੀਂ ਧਰਮ ਨੂੰ اور राजनीति ਨੂੰ ਵਖ ਕਰ ਦੇਾਂਗੇ ਦਰਸਲ ਧਰਮ ਦੇ ਉੱਤੇ ਆਪਣਾ ਗਲਬਾ ਕਰਨਾ ਚਾਹੁੰਦੇ ਹਨ ਧਰਮ ਨੂੰ ਸਮਾਪਤ ਕਰਨਾ ਚਾਹੁੰਦੇ ਹਨ ਦੂਸਰੇ ਪਾਸੇ ਜਿਹੜੇ ਕਹਿ ਰਹੇ ਹਨ ਕਿ ਨਹੀਂ ਸਾਡਾ ਧਰਮ ਤੇ ਰਾਜਨੀਤੀ ਇਕੱਠੀ ਹੈ ਦਰਸਲ ਧਰਮ ਨੂੰ ਰਾਜਨੀਤਿਕ ਮਕਸਦਾਂ ਲਈ ਮਕਸਦ ਲਈ ਵਰਤਣਾ ਚਾਹੁੰਦੇ ਹਨ ਜਿਹੜਾ ਅਮਲੀ ਤੌਰ ਦੇ ਉੱਤੇ ਦੋਨੋਂ ਪਾਸੇ ਤੋਂ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਇਸ ਪਰ ਅਕਾਲ ਤੱਕ ਸਹਿਮ ਨਹੀਂ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਆਪਣੇ ਉਸ ਮਕਸਦ ਨੂੰ ਜਿਸ ਮਕਸਦ ਲਈ ਉਹ ਕਾਇਮ ਹੋਇਆ ਜਿਸ ਮਕਸਦ ਲਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਕਾਇਮ ਕੀਤਾ ਸੀ ਇੱਥੇ ਹਥਿਆਰ ਬੰਦ ਇੱਥੇ ਸ਼ਸਤਰ ਰੱਖੇ ਗਏ ਇੱਥੇ ਗੁਰੂ ਸਾਹਿਬ ਦੀ ਪਿਸਤੌਲ ਪਈ ਹੈ ਇੱਥੇ ਗੁਰੂ ਸਾਹਿਬ ਦੇ ਖੰਡੇ ਔਰ ਜਿੱਥੇ ਇਹਨਾਂ ਦੇ ਸ਼ਸਤਰ ਪਏ ਹਨ ਉਹਨਾਂ ਪ੍ਰਾਤਨ ਸਿੰਘਾਂ ਦੇ ਜਿਹੜੇ ਸ਼ਸਤਰ ਵੀ ਉੱਥੇ ਮੌਜੂਦ ਹਨ ਜਿਸ ਵੇਲੇ ਸਮਰਥ RAMDAS ਸ਼ਿਵਾਜੀ ਦਾ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਉਸ ਦੇ ਮਨ ਵਿੱਚ ਚਾਹ ਸੀ ਕਿ ਮੈਂ ਗੁਰਨਾਨਕ ਦੀ ਗੱਦੀ ਦੇ ਉੱਤੇ ਜੋ ਬਿਰਾਜਮਾਨ ਉਹਨਾਂ ਦੇ ਦਰਸ਼ਨ ਕਰਾਂਗਾ ਪਰ ਜਿਸ ਵੇਲੇ ਉਸ ਨੇ ਵੇਖਿਆ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਇੱਕ ਨਹੀਂ ਦੋ ਤਲਵਾਰਾਂ ਪਾਈਆਂ ਹਨ ਪਿਸਤੌਲ ਉਹਨਾਂ ਨੇ ਪਾਈ ਹੋਈ ਹੈ ਨਾਲ ਉਹਨਾਂ ਦੇ ਹਥਿਆਰ ਬੰਦ ਹਨ ਘੋੜਸਵਾਰ ਹਨ ਤਾਂ ਉਹ ਹੈਰਾਨ ਹੋਇਆ ਮੁੜ ਚੱਲਿਆ ਹਜ਼ੂਰ ਨੇ ਕਿਹਾ ਕੀ ਗੱਲ ਕਹਿਣ ਲੱਗਾ ਇਹ ਗੁਰਨਾਨਕ ਦੀ ਗੱਦੀ ਨਹੀਂ ਹੋ ਸਕਦੀ ਕਿਸੇ ਨੇ ਇਸ ਗੱਦੀ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਔਰਤ ਈਮਾਨ ਦੌਲਤ ਗੁਜ਼ਰਾਨ ਪੁੱਤਰ ਨਿਸ਼ਾਨ ਸ਼ਸਤਰ ਗਰੀਬ ਦੀ ਰੱਖਸ਼ਾ ਜਰਵਾਣੇ ਦੀ ਪਖਸ਼ਾ ਬਾਬਾ ਨਾਨਕ ਮਾਇਆ ਨਹੀਂ त्यागी थी ਮਾਇਆ ਕਾ ਮੋਹ त्याग ਗਿਆ tha ਸਮਰਥ RAM DAS ਦੇ ਮੋਹੋਂ ਨਿਕਲਿਆ ਇਹ ਬਾਤ ਹਮਾਰੇ ਮਨ ਪਾਉਤੀ ਹੈ ਸੋ ਜਿਹੜਾ ਕਨਸੈਪਟ ਹੈ ਅਗਰ ਉਹ ਸਾਨੂੰ ਸਮਝ ਕੇ ਆਏਗਾ ਅਕਾਲ ਤਖਸ ਸਾਬ ਨੇ ਹਮੇਸ਼ਾ ਬਾ ਫੜੀ ਹੈ ਹਰ ਮੰਦਰ ਸਾਹਿਬ ਦੇ ਵਿੱਚ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਭਾਈ ਨੰਦਲਾਲ ਦੀਆਂ ਗਜ਼ਲਾਂ ਦਾ ਕੀਰਤਨ ਹੁੰਦਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਕੀਰਤਨ ਹੁੰਦਾ ਹੈ ਉਸ ਤੋਂ ਇਲਾਵਾ ਉੱਥੇ ਤਾਂ ਬੋਲੇ ਸੋ ਨਿਹਾਲ ਦਾ ਜਕਾਰਾ ਵੀ ਨਹੀਂ ਗਜਾਇਆ ਜਾਂਦਾ ਉੱਥੇ ਤਾਂ ਨਗਾੜਾ ਵੀ ਨਹੀਂ ਹੈ ਉੱਥੇ ਤਾਂ ਹੋਰ ਕੁਝ ਵੀ ਨਹੀਂ ਕੋਈ ਕਥਾ ਨਹੀਂ ਹੋ ਸਕਦੀ ਪਰ ਗੁਰੂ ਸਾਹਿਬ ਨੇ ਇਹ ਮਹਾਨ ਤਖਤ ਦੀ ਸਿਰਜਣਾ ਕਰਕੇ ਇਹ ਵਾਰਾਂ ਦਾ ਤਖਤ ਹੈ ਇਹ ਨਗਾੜਿਆਂ ਦਾ ਤਖਤ ਹੈ ਇਹ ਖੰਡੇ ਕਰਪਾਨਾਂ ਦਾ ਤਖਤ ਹੈ ਜਿੱਥੋਂ ਸਾਰੀ ਮਾਨਵਤਾ ਨੂੰ ਸੇਧ ਮਿਲੀ ਇਸ ਸਥਾਨ ਤੋਂ ਵਿਰਾਜ ਕੇ ਗੁਰੂ ਸਾਹਿਬ ਦੇ ਬਾਅਦ ਖਾਲਸੇ ਨੇ ਇਸ ਸਥਾਨ ਦੇ ਉੱਤੋਂ ਹੁਕਮਨਾਮੇ ਜਾਰੀ ਕੀਤੇ ਇਸੇ ਸਥਾਨ ਤੋਂ ਕਸੂਰ ਦੇ ਬ੍ਰਾਹਮਣ ਦੀ ਲੜਕੀ ਨੂੰ ਛੁਡਾਣ ਲਈ 500 ਸਿੱਖਾਂ ਨੇ ਗੁਰਮਤਾ ਕਰਕੇ ਕੁਰਬਾਨੀ ਦਿੱਤੀ ਇਸੇ ਸਥਾਨ ਤੋਂ 25 ਜਿਹੜੇ ਜਥੇ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਗਿਆ ਇਸੇ ਸਥਾਨ ਤੋਂ ਮਿਸਲਾਂ ਜਿਹੜੀਆਂ ਸੀ 12 ਮਿਸਲਾਂ ਦੀ ਕਾਇਮੀ ਇਸੇ ਸਥਾਨ ਤੋਂ ਹੋਈ ਇਸੇ ਸਥਾਨ ਦੇ ਉੱਤੋਂ ਹੀ ਇਹ ਗੁਰਮਤਾ ਪਾਸ ਕਰਕੇ ਇਹ ਪ੍ਰਵਾਨ ਕੀਤਾ ਗਿਆ ਕਿ ਹੁਣ ਹਰਮੰਦਰ ਸਾਹਿਬ ਦੀ ਰਾਖੀ ਰੋਕਣ ਲਈ ਸਾਨੂੰ ਲਾਹੌਰ ਦੇ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਇਸ ਸਥਾਨ ਦੇ ਉੱਤੇ ਇੱਥੋਂ ਦੇ ਪ੍ਰਹਰੀ ਇੱਥੋਂ ਦੇ ਪਹਿਰੇਦਾਰ ਬਾਬਾ ਗੁਰਬਖਸ਼ ਸਿੰਘ ਜੀ ਸਨ ਕੇਵਲ ਉਹਨਾਂ ਦੀ ਜੀਵਨ ਦੀ ਛੋਟੀ ਜੀ ਘਟਨਾ ਕਿਸ ਤੰਗ ਦੇ ਨਾਲ ਉਹਨਾਂ ਨੇ ਜਿਸ ਮਕਸਦ ਲਈ ਇਸ ਸਥਾਨ ਦੀ ਸਥਾਪਨਾ ਕੀਤੀ ਗਈ ਸੀ ਜਦੋਂ ਸੁਣਿਆ ਅਬਦਾਲੀ ਆਪਣੀਆਂ ਅਹਿਮਦ ਸ਼ਾ ਅਬਦਾਲੀ ਜਦੋਂ ਲਾਉ ਲਸ਼ਕਰ ਲੈ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਫਿਰ ਮੁਰ ਟਾਣ ਲਈ ਆ ਰਿਹਾ ਹੈ ਤਾਂ ਉਹਨਾਂ ਦੇ ਨਾਲ ਕੇਵਲ 25 ਸਿੰਘ ਸਨ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਨ ਔਰ ਉਹਨਾਂ ਦੇ ਨਾਲ 25 ਸਿੰਘ ਸਨ। ਬਾਬਾ ਜੀ ਖੜੇ ਹੋਏ ਔਰ ਕਹਿਣ ਲੱਗੇ ਕਿ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆਬਰੂ ਇੱਜ਼ਤ ਬਚਾਣ ਲਈ ਫਿਰ ਗੁਰਤੇਗ ਬਹਾਦਰ ਸਾਹਿਬ ਵਰਗੀ ਕੁਰਬਾਨੀ ਦੀ ਲੋੜ ਹੈ। ਤਾਂ ਵਿੱਚੋਂ ਇੱਕ ਸਿੰਘ ਨੇ ਖੜੇ ਹੋ ਕੇ ਕਿਹਾ ਬਾਬਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਹੋ ਸਕਦਾ ਹੈ ਉਹ ਕਹਿਣ ਲੱਗੇ ਇੱਕ ਦੂਲੇ ਦੀ ਲੋੜ ਹੈ ਇੱਕ ਲਾੜੇ ਦੀ ਲੋੜ ਹੈ ਜਿਹੜਾ ਅੱਜ ਕੁਰਬਾਨੀ ਕਰੇ ਤਾਂ ਇੱਕ ਸਿੰਘ ਨੇ ਕਿਹਾ ਤੁਹਾਡੇ ਤੋਂ ਵੱਡਾ ਕਿਹੜਾ ਲਾੜਾ ਹੋਰ ਸੋਹਣਾ ਲਾੜਾ ਕਿਹੜਾ ਹੋ ਸਕਦਾ ਹੈ ਬਾਬਾ ਜੀ ਕਹਿਣ ਲੱਗੇ ਚਲੋ ਠੀਕ ਹੈ ਲਾੜਾ ਤਾਂ ਹੁਣ ਤੁਸੀਂ ਚੁਣ ਲਿਆ ਹੁਣ ਸਰਬੱਲਾ ਵੀ ਚੁਣੋ ਇੱਕ ਸਿੰਘ ਖੜਾ ਹੋ ਗਿਆ ਬਾਬਾ ਜੀ ਨੇ ਕਿਹਾ ਹੁਣ ਤੁਸੀਂ ਲਾੜਾ ਵੀ ਚੁਣ ਲਿਆ ਸਰਬੱਲਾ ਵੀ ਚੁਣ ਲਿਆ ਹੁਣ ਜੰਝ ਤਿਆਰ ਹੋਵੋ ਉਹ ਸਾਰੇ ਦੇ ਸਾਰੇ ਖੜੇ ਹੋ ਗਏ ਬਾਬਾ ਜੀ ਕਹਿਣ ਲੱਗੇ ਹੁਣ ਮੈਨੂੰ ਸੇਹਰਾ ਵੀ ਤੇ ਬੰਨੋ ਤਾਂ ਉਹ ਸਾਰੇ ਸਿੰਘ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਗਏ ਉੱਥੋਂ ਅਰਦਾਸ ਕੀਤੀ ਗਈ ਔਰ ਉਹਨਾਂ ਨੂੰ ਸੇਹਰਾ ਸਜਾ ਦਿੱਤਾ ਗਿਆ ਜਿਸ ਵੇਲੇ ਅਬਦਾਲੀ ਦੀਆਂ ਫੌਜਾਂ ਨੇ ਹਮਲਾ ਕੀਤਾ ਉਹਨਾਂ ਨੂੰ ਉਮੀਦ ਸੀ ਸ਼ਾਇਦ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਹੋਏਗੀ ਪਰ ਜਿਸ ਢੰਗ ਦੇ ਨਾਲ ਉਹਨਾਂ ਸਿੰਘਾਂ ਨੇ 25 ਸਿੰਘਾਂ ਨੇ ਜਿਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਉਸ ਵੇਲੇ ਦੇ ਜਿਹੜੇ ਮੁਸਲਮਾਨ ਇਤਿਹਾਸਕਾਰ ਸਣ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ ਕਿਸੇ ਦੇ ਚਿਹਰੇ ਦੇ ਉੱਤੇ ਵੀ ਨਾ ਤਾਂ ਕੋਈ ਭੈ ਸੀ ਨਾ ਹੀ ਕੋਈ ਮੌਤ ਦਾ ਡਰ ਸੀ ਤੇ ਨਾ ਹੀ ਕੋਈ ਕਿਸੇ ਹੋਰ ਕਿਸਮ ਦਾ ਕੋਈ ਫੀਲਿੰਗ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਉਹ ਚਾਹ ਦੇ ਨਾਲ ਕਿਸੇ ਮੇਲੇ ਦੇ ਉੱਤੇ ਆਏ ਹੋਣ ਅਖੀਰ ਦੇ ਵਿੱਚ ਬਾਬਾ ਜੀ ਨੇ ਕਿਹਾ ਮੈਂ ਸ਼ੁਰੂ ਵਿੱਚ ਕਿਹਾ ਸੀ ਮੇਰਾ ਜੀ ਕਰਦਾ ਹੈ ਗੁਰਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਮੈਂ ਸ਼ਹਾਦਤ ਦਵਾ ਉਸ ਵੇਲੇ ਉਹਨਾਂ ਨੇ ਆਪਣਾ ਸਿਰ ਜ਼ਮੀਨ ਦੇ ਉੱਤੇ ਰੱਖ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਮੱਥਾ ਟੇਕਿਆ ਔਰ ਉਹਨਾਂ ਦੀ ਤੌਣ ਵੱਖ ਹੋ ਗਈ। ਇਸ ਸਥਾਨ ਦੇ ਉੱਤੋਂ ਹੀ ਅਕਾਲੀ ਫੂਲਾ ਸਿੰਘ ਨਿਹੰਗ ਵਰਗੇ ਜਿਹੜੇ ਇੱਥੇ ਜਥੇਦਾਰ ਸਨ। ਪੁਰਾਤਨ ਇਤਿਹਾਸ ਨੂੰ ਯਾਦ ਕਰਨ ਦਾ ਮਕਸਦ ਸਿਰਫ ਹੁੰਦਾ ਹੈ ਕਿ ਉਹ ਜੜੀਆਂ ਪੁਰਾਣੀਆਂ ਗਾਥਾਵਾਂ ਹਨ ਉਹ ਸਾਨੂੰ ਪ੍ਰੇਰਣਾ ਦੇ ਦੇਣ। ਸਾਨੂੰ ਕੁਝ ਯਾਦ ਕਰਾ ਦੇਣ ਕਿ ਸਾਡਾ ਵੀ ਕੋਈ ਫਰਜ਼ ਹੈ। ਸਾਡੇ ਅੰਦਰ ਵੀ ਉਸ ਦੀ ਕੁਝ ਝਣਕ ਅਗਰ ਆ ਜਾਏ। ਅਕਾਲੀ ਫੂਲਾ ਸਿੰਘ ਜੀ ਉਹ ਮਹਾਨ ਯੋਧੇ ਹਨ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੇ ਜਿਸ ਤੰਗ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਜਥੇਦਾਰ ਹੁੰਦਿਆਂ ਹੋਇਆਂ ਭਾਵੇਂ ਉਹ ਸਰਕਾਰ ਖਾਲਸਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਵੇਂ ਅਫਗਾਨਿਸਤਾਨ ਤੱਕ ਇਧਰੋਂ ਸਿੰਧ ਤੱਕ ਕਸ਼ਮੀਰ ਤੱਕ ਉਹਨਾਂ ਦੀਆਂ ਹੱਦਾਂ ਭਾਵੇਂ ਤਿੱਬਤ ਤੱਕ ਸਨ ਪਰ ਉਸ ਦੇ باوجود ਬਾਬਾ ਫੂਲਾ ਸਿੰਘ ਨੇ ਆਪਣਾ ਫਰਜ਼ ਪੂਰਾ ਕੀਤਾ ਜਦੋਂ ਮੋਰਾ ਨਾਂ ਦੀ ਉਸ ਨਾਚੀ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਨਾਲ ਜਦੋਂ ਉਹਨਾਂ ਨੂੰ ਖਬਰ ਆਈ ਕਿ ਉਸ ਦੇ ਨਾਲ ਉਸ ਦੇ ਸੰਬੰਧ ਹਨ ਤਾਂ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਨੇਹਾ ਭੇਜਿਆ ਹਦਾਇਤ ਜਾਰੀ ਕੀਤੀ ਮਿਲਣ ਲਈ ਕਿਹਾ ਪਰ ਰਾਜ ਦਾ ਨਸ਼ਾ ਸੀ ਰਾਜ ਸੀ ਔਰ ਸਭ ਤੋਂ ਵੱਡੀ ਗੱਲ ਸੀ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਉਸ ਵੇਲੇ ਕੇਵਲ 21 ਸਾਲ ਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਨਕਾਰ ਕਰ ਦਿੱਤਾ ਕਿਉਂਕਿ ਕਿਹਾ ਸ਼ਾਇਦ ਮੋਰਾ ਨੇ ਕਿਹਾ ਕਿ ਇਹ ਤਾਂ ਗ੍ਰੰਥੀ ਜੇ ਹੁੰਦੇ ਹਨ ਕੀ ਫਰਕ ਪੈਂਦਾ ਹੈ ਉਸ ਬਾਹਰ ਜਹਾਂ ਰਣਜੀਤ ਸਿੰਘ ਨੇ ਮੁਨਕਰ ਹੋ ਗਏ ਬਾਬਾ ਜੀ ਨੂੰ ਮਿਲਣ ਤੋਂ ਅਕਾਲੀ ਫੂਲਾ ਸਿੰਘ ਨੇ ਤਿੰਨ ਆਦੇਸ਼ ਜਾਰੀ ਕੀਤੇ ਕੱਲ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਦੇਖ ਹਰਮੰਦਰ ਸਾਹਿਬ ਵਿੱਚ ਨਹੀਂ ਪਰਵਾਨ ਹੋਵੇਗੀ ਕੋਈ ਇਹਨਾਂ ਨੂੰ ਫਤਹਿ ਨਹੀਂ ਬੁਲਾਏਗਾ ਔਰ ਇਹਨਾਂ ਦੇ ਰਾਜ ਭਾਗ ਦੇ ਲਈ ਅਰਦਾਸ ਹਰਮੰਦਰ ਸਾਹਿਬ ਵਿੱਚ ਕੀਤੀ ਜਾਂਦੀ ਹੈ ਉਹ ਵੀ ਬੰਦ ਹੋਏਗੀ ਸਵੇਰ ਵੇਲੇ ਜਿਸ ਵੇਲੇ ਦੇਗ ਵਾਪਸ ਚਲੀ ਗਈ ਅਰਦਾਸ ਨਹੀਂ ਹੋਈ ਔਰ ਜਦੋਂ ਸਾਹਮਣੇ ਜਿਹੜਾ ਸਿੱਖ ਆਇਆ ਉਸਨੇ ਮੂੰਹ ਮੋੜ ਲਿਆ ਫਿਰ ਮੱਥਾ ਠਣਕਿਆ ਉਸੇ ਵੇਲੇ ਅਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨੇਹਾ ਭੇਜਿਆ ਕਿ ਮੈਂ ਮਿਲਣਾ ਚਾਹੁੰਦਾ ਹਾਂ ਬਾਬਾ ਜੀ ਨੇ ਕਿਹਾ ਕੱਲ ਤੱਕ ਮੇਰੇ ਔਰ ਤੇਰੇ ਵਿਚਾਰ ਗੱਲ ਸੀ ਹੁਣ ਤੇਰੇ ਔਰ ਪੰਥ ਦੇ ਵਿਚਾਰ ਹੈ ਹੁਣ ਮੈਂ ਕੁਝ ਨਹੀਂ ਕਰ ਸਕਦਾ ਉਸ ਵੇਲੇ ਅਕਾਲੀ ਫੁੱਲਾ ਸਿੰਘ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੇ ਸਨੇਹਾ ਭੇਜਿਆ ਕਿ ਮੈਂ ਪੇਸ਼ ਹੋਣਾ ਚਾਹੁੰਦਾ ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਚਾਹੁੰਦਾ ਹਾਂ ਇਹ ਅਕਾਲ ਤਖਤ ਸਾਹਿਬ ਦਾ ਰਤਬਾ ਹੈ ਇਹ ਜਥੇਦਾਰ ਦਾ ਫਰਜ਼ ਹੈ ਇਹ ਜਥੇਦਾਰ ਦਾ ਅਹੁਦਾ ਹੈ ਇਹ ਉਹਨਾਂ ਦਾ ਰਤਬਾ ਹੈ ਤਾਂ ਉਸ ਵੇਲੇ ਮੋਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੂੰ ਗੁਰੂ ਦਾ ਸਿੱਖ ਹੈ ਤੂੰ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਹਾਂ ਜਿਸ ਵੇਲੇ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਦਰਅਸਲ ਉਸ ਵੇਲੇ ਮੈਂ ਸਿੱਖ ਨਹੀਂ ਸੀ ਹੁਣ ਮੈਂ ਗੁਰੂ ਦਾ ਸਿੱਖ ਹਾਂ ਮੈਂ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋ ਸਕਦਾ ਗੁਰਮਤ ਗੁਰੂ ਤੋਂ ਵੀ ਉੱਤੇ ਹੈ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਕੌਤਕ ਕੀਤਾ ਸੀ ਦਾदू ਦੀ ਕਬਰ ਨੂੰ ਜਦੋਂ ਸਲਾਮ ਕੀਤਾ ਸੀ ਸਲਾਮ ਨਹੀਂ ਸੀ ਕੀਤਾ ਜਦੋਂ ਹਜ਼ੂਰ ਨੇ ਤੀਰ ਦੇ ਨਾਲ ਨਮਸਤੰਗ ਅਕਾਲੇ ਕਿਹਾ ਸਾਹਮਣੇ ਦਾदू ਦੀ ਕਬਰ ਸੀ ਤਾਂ ਸਿੱਖਾਂ ਨੇ ਕਿਹਾ ਕਿ ਹਜ਼ੂਰ ਇਹ ਫਿਰ ਵੀ ਭਲੇਖਾ ਪਿਆ ਹੈ ਉਹਨਾਂ ਨੂੰ ਤਰਖਾ ਲਾਈ ਗਈ ਉਹਨਾਂ ਨੇ ਪਰਵਾਨ ਕੀਤੀ ਕੋਈ ਵੀ ਸਿੱਖ ਕੋਈ ਵੀ ਰੁਤਬੇ ਤੇ ਹੁੰਦਾ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਤੇ ਹੁੰਦਾ ਹੋਇਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਨਹੀਂ ਹੈ ਅਕਾਲ ਤਖਤ ਸਾਹਿਬ ਸਾਡੀ ਜ਼ਿੰਦਗੀ ਦੇ ਹਰ ਪੱਖ ਨੂੰ ਉਹ ਲਾਗੂ ਕਰਦਾ ਹੈ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਉਸ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਏ ਔਰ ਉਹਨਾਂ ਨੇ ਆ ਕੇ ਕਿਹਾ ਜਦੋਂ ਆਪਣੀ ਗਲਤੀ ਮੰਨੀ ਕਿ ਇੱਕ ਸਰਕਾਰ ਖਾਲਸਾ ਨਾ ਰੱਖ ਕੇ ਪੰਥ ਦੀ ਸਰਕਾਰ ਅਖਵਾ ਕੇ ਪੰਥਕ ਸਰਕਾਰ ਅਖਵਾ ਕੇ ਅਗਰ ਉਹਨਾਂ ਨੇ ਧਾਰਮਿਕ ਤੌਰ ਦੇ ਉੱਤੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਪੰਥ ਦੇ ਦੇਣਦਾਰ ਹਨ ਅਕਾਲੀ ਫੂਲਾ ਸਿੰਘ ਨੇ ਹੁਕਮ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ 50 ਕੋਰੜੇ ਲਗਾਏ ਜਾਣ ਕਿਤਨਾ ਸਖਤ ਆਦੇਸ਼ ਹੈ ਪਰ ਤਨਹਨ ਮਹਾਰਾਜਾ ਰਣਜੀਤ ਸਿੰਘ ਉਹ ਜਜ਼ਬਾ ਉਹਨਾਂ ਦੇ ਅੰਦਰ ਸੀ ਉਹ ਚਿਣਕ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਕਮੀਜ਼ ਚੁੱਕ ਕੇ ਕੋਡੇ ਹੋ ਕੇ ਉਹਨਾਂ ਦੇ ਸਾਹਮਣੇ ਹੋ ਗਏ। ਅਕਾਲੀ ਫੁੱਲਾ ਸਿੰਘ ਨੇ ਕਿਹਾ ਹੁਣ ਇਸ ਨੂੰ ਛੱਡ ਦਿੱਤਾ ਜਾਏ। ਸੋ ਇਹ ਰਤਬਾ ਹੈ ਅਕਾਲ ਤਖ਼ਤ ਸਾਹਿਬ ਦਾ ਉਸ ਦੇ ਜਥੇਦਾਰ ਦਾ ਔਰ ਉਹਦੇ ਸਾਹਮਣੇ ਪੇਸ਼ ਹੋਣ ਵਾਲੇ ਕਿਸੇ ਵੀ ਸਿੱਖ ਦਾ। ਅਕਾਲ ਤਖ਼ਤ ਸਾਹਿਬ ਤੋਂ ਨਾ ਕੇਵਲ ਸਿੱਖਾਂ ਦੀ ਹਮੇਸ਼ਾ ਹੀ ਮਜ਼ਲੂਮਾਂ ਦੀ ਰਾਖੀ ਕੀਤੀ ਗਈ ਹੈ। ਅਗਲੀ ਤਸਵੀਰ ਵਿੱਚ ਆਪ ਦੇਖੋਗੇ ਕਿ ਜਦੋਂ ਲਾਲ ਕੁੜਤੀ ਮੂਵਮੈਂਟ ਚੱਲੀ ਸੀ ਇਹ ਸਤਵੀਂ ਤਸਵੀਰ ਹੈ ਜਦੋਂ ਪਠਾਣਾ ਦੇ ਉੱਤੇ ਹਮਲਾ ਹੋਇਆ ਅੰਗਰੇਜ਼ਾਂ ਨੇ ਤਸ਼ੱਦਦ ਕੀਤਾ 100 ਪਠਾਣ 50 ਪਠਾਣ ਉੱਥੇ ਮਾਰੇ ਗਏ ਸੀ ਤਾਂ ਉਸ ਵੇਲੇ 100 ਸਿੰਘਾਂ ਦਾ ਜਥਾ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਪਠਾਣਾ ਦੀ ਹਮਦਰਦੀ ਦੇ ਵਿੱਚ ਉਹਨਾਂ ਦੀ ਮਦਦ ਦੇ ਵਿੱਚ ਪਸ਼ਾਵਰ ਲਈ ਰਵਾਨਾ ਹੋਇਆ ਇਸਰੀ ਅਕਾਲ ਤੱਕ ਸਾਹਿਬ ਦਾ ਉਸीन ਹੈ ਨਾ ਕੇਵਲ ਇੱਥੇ ਲਈ ਬਲਕਿ ਜਦੋਂ ਹైదరాబాద్ ਦੱਖਣ ਦੇ ਵਿੱਚ ਵੀ ਹਾਲਾਂ ਭਾਵੇਂ ਆਰੀਆ ਸਮਾਜੀ ਭਾਵੇਂ ਸਿੱਖ ਵਿਰੋਧੀ ਸਨ ਭਾਵੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਗੁਰੂ ਸਾਹਿਬ ਦੇ ਖਿਲਾਫ ਤੋਹਫੀਨ ਪਰ ਜਿਹੜੀਆਂ ਲਿਖਤਾਂ ਲਿਖੀਆਂ ਪਰ ਜਦੋਂ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਤਾਂ ਵੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਇਸ ਸਥਾਨ ਤੇ ਅਗਲੇ ਸੈਗਮੈਂਟ ਵਿੱਚ ਅਸੀਂ ਜਾਵਾਂਗੇ ਪਰ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਤਾਂ ਕਿ ਸਾਡਾ ਉਹ ਮੁੱਦਾ ਸਾਡਾ ਉਹ ਮਸਲਾ ਜਿਸ ਲਈ ਅਸੀਂ ਇਕੱਠੇ ਹੋਏ ਹਾਂ ਇਸ ਨੂੰ ਤੁਸੀਂ ਆਪਣੀ ਆਵਾਜ਼ ਔਰ ਆਪਣੇ ਸੁਝਾਅ ਜ਼ਰੂਰ ਸਾਨੂੰ ਦੇਣਾ ਤਾਂ ਕਿ ਅਸੀਂ ਇਸ ਨੂੰ ਅੱਗੇ ਤੋਰ ਸਕੀਏ ਥੋੜਾ ਜਿਹਾ ਹੋਰ ਇਸ ਦਾ ਛੋਕੜ ਦੱਸ ਕੇ ਫਿਰ ਅਸੀਂ ਆਪਣੇ ਸਵਾਲ ਵੀ ਲਵਾਂਗੇ ਆਪਦੀਆਂ ਕਾਲਸ ਵੀ ਲਵਾਂਗੇ ਪਰ ਇਸ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਬਹੁਤ ਬਹੁਤ ਧੰਨਵਾਦ ਜਸ ਪੰਜਾਬੀ ਦੇ ਇਸ ਅਗਲੇ ਸੈਗਮੈਂਟ 'ਜਨਤਾ ਦੀ ਆਵਾਜ਼' ਵਿੱਚ ਆਪ ਦਾ ਸਵਾਗਤ ਹੈ। ਪੰਜਾਂ ਤਖਤਾਂ ਦੀ ਅਰਦਾਸ ਕਰਦੇ ਹਰ ਗੁਰਸਿੱਖ ਨੇ ਅੱਜ ਸਚਖੰਡ ਅਜ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਜਿਹੜੀ ਅਸੀਂ ਇਸ ਤੋਂ ਅਗਲੀ ਤਸਵੀਰ ਵੇਖ ਰਹੇ ਹਾਂ ਇਹ ਮੋਹਰਾਂ ਦੇ ਨਾਲ ਜਿਸ ਵੇਲੇ ਮਹਾਰਾਜਾ ਰਜੀਤ ਸਿੰਘ ਦਾ ਹੈ ਜਿਹਦੇ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗੀ ਔਰ ਉਹਨੇ ਪ੍ਰਵਾਨ ਕੀਤੀ ਔਰ ਸਿੱਖੀ ਦੇ ਉਸ ਮਹਾਨ ਅਸੂਲ ਨੂੰ ਕਾਇਮ ਰੱਖਿਆ ਇਹੀ ਅਕਾਲੀ ਫੂਲਾ ਸਿੰਘ ਬਾਅਦ ਵਿੱਚ ਤੁਸੀਂ ਅਗਲੀ ਤਸਵੀਰ ਵਿੱਚ ਵੇਖੋਗੇ ਜਦੋਂ ਪਠਾਨਿਸਤਾਨ ਵਿੱਚ ਜਦੋਂ ਜਮਰੌਦ ਔਰ ਲੰਡੀ ਕੋਤਲ ਦੇ ਅੱਗੇ ਜਦੋਂ ਲੋੜ ਪਈ ਤਾਂ ਅਕਾਲੀ ਫੂਲਾ ਸਿੰਘ ਜੀ ਉਸ ਪਾਸੇ ਤੁਰ ਪਏ ਅਰਦਾਸਾ ਸੋਧ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਾ ਉਹ ਹੱਥ ਜੋੜ ਕੇ ਰਾਜ ਖੜ ਗਏ ਕਿ ਨਹੀਂ ਜਥੇਦਾਰ ਜੀ ਸਿੰਘ ਸਾਹਿਬ ਤੁਹਾਨੂੰ ਨਹੀਂ ਜਾਣਾ ਚਾਹੀਦਾ ਸਾਡੀਆਂ ਹੋਰ ਫੌਜਾਂ ਹਨ ਸਿੰਘ ਸਾਹਿਬ ਨੇ ਕਿਹਾ ਮਹਾਰਾਜੇ ਨੂੰ ਕਿ ਲੱਗਦਾ ਹੈ ਤੇਰੇ ਅੰਮ੍ਰਿਤ ਛਕਣੇ ਚ ਤੇਰੀ ਅਰਦਾਸ ਵਿੱਚ ਕੋਈ ਵਿਗਨ ਪੈ ਗਿਆ ਹੈ ਹੁਣ ਤਾਂ ਅਰਦਾਸਾ ਸੁਧਿਆ ਜਾ ਚੁੱਕਾ ਹੈ ਔਰ ਜਾਣਾ ਹੀ ਜਾਣਾ ਹੈ ਸੋ ਉਸ ਵੇਲੇ ਦੇ ਇਤਿਹਾਸਕਾਰ ਕਾਦਰਯਾਰ ਨੇ ਲਿਖਿਆ ਹੈ ਕਿ ਅਕਾਲੀ ਫੂਲਾ ਸਿੰਘ ਜੀ ਨੇ ਇੱਕ ਬੇਨਤੀ ਮਹਾਰਾਜਾ ਸਾਹਿਬ ਨੂੰ ਹੋਰ ਕੀਤੀ ਕਿ ਮੈਂ ਜਾਣਾ ਹੈ ਪਰ ਦੁਸ਼ਮਣ ਦੇ ਵਿੱਚ ਮੈਂ ਕੱਲਾ ਹੀ ਜਾਣਾ ਚਾਹਾਂਗਾ ਇਹ ਬੇਰੀ ਬੇਨਤੀ ਪ੍ਰਮਾਨ ਕੀਤੀ ਜਾਏ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਭਰੇ ਮਨ ਨਾਲ ਜਦੋਂ ਉਹਨਾਂ ਦੀ ਇਹ ਬੇਨਤੀ ਮੰਨੀ ਜਦੋਂ ਹੁਕਮ ਕਹਿ ਲੋ ਤਾਂ ਕਾਦਰਯਾਰ ਲਿਖਦਾ ਹੈ ਅਕਾਲੀ ਫੂਲਾ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹ ਹਾਥੀ ਦੇ ਉੱਤੇ ਬੈਠ ਗਏ ਔਰ ਇਕੱਲੇ ਹੀ ਉਸ ਦੁਸ਼ਮਣ ਦੀਆਂ ਫੌਜਾਂ ਵੱਲ ਵਧੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦੁਸ਼ਮਣ ਸੀ ਅਕਾਲੀ ਫੂਲਾ ਸਿੰਘ ਜੀ ਇਕੱਲੇ ਹੀ ਹਾਥੀ ਦੇ ਉੱਤੇ ਉਸ ਪਾਸੇ ਖਰਾਮਾ ਖਰਾਮਾ ਤੋਰ ਪਏ ਕਾਦਰਯਾਰ ਨੇ ਇੱਕ ਲਾਈਨ ਲਿਖੀ ਹੈ ਕਾਦਰ ਯਾਰ ਸਰਦਾਰ ਬੇਖੌਫ ਬੈਠਾ ਜਿਵੇਂ ਫਿਰੇ ਲਾਹੌਰ ਦੀ ਸੈਰ ਕਰਦਾ ਅਕਾਲੀ ਫੂਲਾ ਸਿੰਘ ਜਦੋਂ ਉਸ ਪਾਸੇ ਤੁਰੇ ਹਨ ਜਦੋਂ ਨੇੜੇ ਪਹੁੰਚੇ ਉਹਨਾਂ ਨੇ ਹਾਥੀ ਦੌੜਾ ਦਿੱਤਾ ਹੈ ਉਸ ਪਗਦੜ ਦੇ ਵਿੱਚ ਕਿਤਨੇ ਮਾਰੇ ਗਏ ਕੀ ਕੁਝ ਹੋਇਆ ਇਸ ਦਾ ਅੰਦਾਜ਼ਾ ਲਗਾਣਾ ਮੁਸ਼ਕਲ ਨਹੀਂ ਥੱਲੇ ਹਾਥੀ ਦਰੜ ਰਿਹਾ ਸੀ ਉਤੋਂ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਉਹ ਤੀਰਾਂ ਦੀ ਬੋਛਾਰ ਕਰ ਰਹੇ ਸਨ ਅਖੀਰ ਦੇ ਵਿੱਚ ਹਾਥੀ ਦਾ ਪੈਰ ਤਿਲਕਿਆ ਡਿੱਗੇ ਪਰ ਉਹਨਾਂ ਦੇ ਹੱਥ ਵਿੱਚ ਉਹ ਖੰਡਾ ਜਿਹੜਾ ਸੀ ਉਹ ਚਲਣਾ ਸ਼ੁਰੂ ਹੋਇਆ ਸੋ ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਨੇ ਇਸ ਤਰ੍ਹਾਂ ਮਹਾਨ ਕੁਰਬਾਨੀ ਕੀਤੀ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਟਾਟੇਰੀ ਹੋਇਆ ਜਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਤਾਂ ਨੋ ਅਰਦਸ ਨੰਬਰ ਤਸਵੀਰ ਹਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਟਾਟੇਰੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਰਕਾਰ ਨੇ ਇਸ ਨੂੰ ਦੁਬਾਰਾ ਸੰਤਾ ਸਿੰਘ ਦੇ ਰਾਹੀਂ ਬਾਬਾ ਸੰਤਾ ਸਿੰਘ ਔਰ ਤੇਜਵੰਦ ਸਿੰਘ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿਰੋਧ ਇਹ ਜਦੋਂ ਉਸ ਇਮਾਰਤ ਨੂੰ ਬਣਾਇਆ ਤਾਂ ਉਹ ਪਰਵਾਨ ਨਹੀਂ ਕੀਤੀ ਗਈ ਫਿਰ ਉਹ ਇਮਾਰਤ ਪੰਥ ਨੇ ਟਾ ਦਿੱਤੀ ਅਗਲੀਆਂ ਤਸਵੀਰਾਂ ਵਿੱਚ ਆਪ ਦੇਖ ਰਹੇ ਹੋ 10 ਔਰ 11 ਦੇ ਵਿੱਚ ਕਿ ਉਸ ਅਕਾਲ ਤਖਤ ਸਾਹਿਬ ਦੀ ਉਸ ਇਮਾਰਤ ਨੂੰ ਟਾਇਆ ਜਾ ਰਿਹਾ ਹੈ ਪਰ ਅਫਸੋਸ ਹੈ ਅਸੀਂ ਆਪਣੇ ਵਿਰਸੇ ਨੂੰ ਨਹੀਂ ਸਾਂਭ ਸਕੇ ਅਸੀਂ ਟਾਇਆ ਤਾਂ ਸਹੀ ਪਰ ਕਿਸ ਬੇਦਰਦੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਬਣਾਏ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਏ ਉਹਨਾਂ ਇੱਟਾਂ ਨੂੰ ਉਹਨਾਂ ਵਹਾਨ ਜਿਹੜੇ ਸਾਡੇ ਨਿਸ਼ਾਨੀਆਂ ਸਨ ਉਸ ਨੂੰ ਅਸੀਂ ਬਲਬਾ ਕਹਿ ਕੇ ਪਤਾ ਨਹੀਂ ਕਿੱਥੇ ਸੁੱਟ ਦਿੱਤਾ ਉਹ ਬਾਸ਼ਾਉਰ ਕੌਮਾਂ ਹਨ ਜਿਨ੍ਹਾਂ ਨੇ ਬਰਲਨ ਦੀ ਦੀਵਾਰ ਵਰਗੀਆਂ ਉਹਦੀ ਇੱਟਾਂ ਦੇ ਟੁਕੜੇ ਵੀ ਉਹਨਾਂ ਨੇ ਲੈਮੀਨੇਟ ਕਰਾ ਕੇ ਸਾਂਭੇ ਹਨ 1984 ਜੇ ਬਹੁਤ ਦੂਰ ਨਹੀਂ ਲੰਗੀ ਦੇਖੋ ਸ਼ਾਇਦ ਉੱਥੇ ਦੀ ਕੋਈ ਇੱਟ ਉਹ ਬੇਸ਼ਕੀਮਤੀ ਇੱਟ ਸ਼ਾਇਦ ਤੁਹਾਡੇ ਵੀ ਨਸੀਬ ਵਿੱਚ ਹੋਵੇ ਸ਼ਾਇਦ ਉਹ ਸਾਨੂੰ ਆਪਣਾ ਵਿਰਸਾ ਪ੍ਰਾਪਤ ਹੋ ਜਾਵੇ ਇਸ ਦੇ ਬਾਅਦ ਜਦੋਂ ਅਸੀਂ ਦੁਬਾਰਾ ਪੰਥ ਨੇ ਮੋੜ ਸਿਰਿ ਅਕਾਲ ਤੱਕ ਸਾਹਿਬ ਦੀ ਸਿਰਜਣਾ ਕੀਤੀ ਪਰ ਇਕ ਕਹਿਣਾ ਪਣਦਾ ਹੈ 12 ਨੰਬਰ ਤਸਵੀਰ ਦੇ ਵਿੱਚ ਆਪ ਵੇਖ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ اور ਨਵੇਂ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਤਸਵੀਰ ਹੈ ਪਰ ਕਿਉਂ ਔਰ ਕਿਸ ਤਰ੍ਹਾਂ ਹੋਇਆ ਬਹੁਤ ਅਹਿਮ ਸਵਾਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਨਕਸ਼ਾ ਜਿਹੜੀ ਬੁਨਿਆਦ ਜਿਹੜਾ ਟਾਂਚਾ ਜਿਹੜੀ ਕੁਰਸੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੋਚੀ ਸੀ ਬਾਅਦ ਦੇ ਵਿੱਚ ਉਸ ਇਮਾਰਤ ਨੂੰ ਹੋਰ ਚੌੜਾ ਕਰ ਦਿੱਤਾ ਗਿਆ ਉਸ ਦੀ ਚੌੜਾਈ ਵਧਾ ਦਿੱਤੀ ਗਈ ਕਿਸੇ ਇਮਾਰਤ ਦੀ ਬੁਲੰਦੀ ਘਟਾਉਣ ਦੇ ਦੋ ਤਰੀਕੇ ਹੁੰਦੇ ਹਨ ਜਾਂ ਤੇ ਉਸ ਨੂੰ ਉੱਤੋਂ ਕੱਟ ਦਿੱਤਾ ਜਾਏ ਜਾਂ ਉਸ ਦੀ ਚੌੜਾਈ ਵਧਾ ਦਿੱਤੀ ਜਾਏ ਸ੍ਰੀ ਹਰਮੰਦਰ ਸਾਹਿਬ ਇੱਕ ਗੁਰਦੁਆਰਾ ਹੈ ਸ੍ਰੀ ਅਕਾਲ ਤਖਤ ਸਾਹਿਬ ਇੱਕ ਗੁਰਦੁਆਰਾ ਨਹੀਂ ਹੈ ਇਹ ਤਖਤ ਹੈ ਪਰ ਅਸੀਂ ਹੌਲੇ-ਹੌਲੇ ਇਸ ਨੂੰ ਇੱਕ ਗੁਰਦੁਆਰੇ ਵਿੱਚ ਤਬਦੀਲ ਕਰ ਰਿਹਾ ਹੈ ਇੱਕ ਹੋਰ ਵਿਚਾਰ ਵਾਲੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ ਦੇ ਉੱਤੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਇੱਕ ਕਮੇਟੀ ਹੈ ਗੁਰਦੁਆਰਿਆਂ ਦੇ ਪ੍ਰਬੰਧ ਲਈ ਇੱਕ ਸੰਸਥਾ ਹੈ ਇਸ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕਰਕੇ ਕਹਿੰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਇੱਕ ਗੁਰਦੁਆਰਾ ਨਹੀਂ ਹੈ ਇਸ ਕਰਕੇ ਜੇ ਅਸੀਂ ਇਸ ਨੂੰ ਗੁਰਦੁਆਰਾ ਕਹਾਂਗੇ ਤਾਂ ਕੀ ਅਸੀਂ ਇਸ ਨੂੰ ਖੁਦ ਹੀ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤਾਂ ਕਿ ਇਸ ਦੇ ਜਥੇਦਾਰ ਦੀ ਨਿਯੁਕਤੀ ਕਿਉਂਕਿ ਅੱਜ ਤੋਂ ਪਹਿਲੇ ਜਥੇਦਾਰ ਦੀ ਨਿਯੁਕਤੀ ਪੰਥ ਕਰਦਾ ਸੀ ਸ਼੍ਰੋਮਣੀ ਕਮੇਟੀ ਉਸ ਦਾ ਐਲਾਨ ਕਰਦੀ ਸੀ ਪਰ ਕੀ ਅਸੀਂ ਇਸ ਨੂੰ ਹੌਲੇ-ਹੌਲੇ ਗੁਰਦੁਆਰੇ ਵਿੱਚ ਤਬਦੀਲਤਾ ਨਹੀਂ ਕਰ ਰਹੇ ਅਸੀਂ ਉਸ ਦੇ ਕਨਸੈਪਟ ਨੂੰ ਤਾਂ ਨਹੀਂ ਭੁੱਲ ਰਹੇ ਇਹਨਾਂ ਸਾਰੇ ਸਵਾਲਾਂ ਨੂੰ ਪਰ ਜਿਹੜਾ ਮੁੱਦਾ ਮੇਨ ਸੀ ਜਿਸ ਦੇ ਉੱਤੇ ਜਿਸ ਮਸਲੇ ਨੂੰ ਲੈ ਕੇ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਆਪ ਜੀ ਤਾਂ ਕਿ ਪ੍ਰੋਗਰਾਮ ਦਿੱਤਾ ਹੈ ਉਸ ਨੂੰ ਜ਼ਰੂਰ ਤੁਸੀਂ ਆਪਣੇ ਵਿਚਾਰ ਦਓ ਹੁਣ ਇੱਕ ਕਾਲ ਅਸੀਂ ਲਵਾਂਗੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਦਵਿੰਦਰਜੀਤ ਗੁਰਦੇਵਾਂ ਜੀ ਹਾਂਜੀ ਆਪ ਟੀਵੀ ਦੀ ਆਵਾਜ਼ ਥੋੜੀ ਕੱਟ ਕਰ ਦਿਓ ਟੀਵੀ ਦੀ ਵਾਇਸ ਤਾਂ ਬੰਦਾ ਜੀ ਹਾਂਜੀ ਹਾਂਜੀ ਹੁਕਮ ਕਰੋ ਅ ਸੋਣਾ ਤੁਸੀਂ ਪੁਆਇੰਟ ਹੈ ਜੀ ਬੜਾ ਇੰਪੋਰਟੈਂਟ ਹੈ ਸਿੱਖ ਕੰਮ ਲਈ ਉਹ ਸੋਹਣੀਆਂ ਸੋਹਣੀਆਂ ਤੁਸੀਂ ਐਗਜ਼ਾਮਪਲ ਦਿੰਦੀਆਂ ਜੀ ਜੀ ਇਹ ਜਿੱਦਾਂ ਉਹ ਲਾਖ ਸਿੰਘ ਤੇ ਮਹਾਰਾਜ ਰਣਜੀਤ ਸਿੰਘ ਜਿਹੜੀ ਐਗਜ਼ਾਮਪਲ ਹੈ ਉਹ ਬੜਾ ਕਲੀਅਰ ਮੜਾ ਕਲੀਅਰ ਕਰਦੀ ਹੈ ਕਿ ਨਾ ਤਾਂ ਉਹ ਸਿੱਖ ਸੰਗਤ ਹੀ ਇਹੋ ਜਿਹੀ ਹੋਣ ਹੈਗੀ ਹੈ ਜਿਵੇਂ ਪਹਿਲਾਂ ਸੀ ਜਿਵੇਂ ਉਹਨਾਂ ਨੇ ਹੁਕਮ ਦਿੱਤਾ ਬਾਹਰ ਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਡੀਲੋ ਕਰ ਦਿੱਤਾ ਤਾਂ ਤੁਸੀਂ ਜੋ ਹੁਕਮ ਜੇ ਪਰ ਜਾਰੀ ਨਹੀਂ ਕਰਦੇ ਜਾਰੀ ਕਰਦੇ ਤਾਂ ਜਿਸ ਤਰ੍ਹਾਂ ਪੀ ਸੰਗਤ ਹੈ ਉਹਦੀ ਡਿਵਾਈਡ ਹੋ ਜਾਂਦੀ ਹੈ ਉਹ ਕਹਿੰਦੀ ਹੁਕਮ ਉਹ ਠੀਕ ਨਹੀਂ ਹੈ ਆਪਣੇ ਅਸੀਂ ਨਿਕਨੇ ਕੇ ਮੋਤਾਜ ਦੇ ਖਾਤਰ ਅਸੀਂ ਪੋਲੀਟੀਸ਼ੀਨ ਦੇ ਮਗਰ ਲੱਗੇ ਰਹਿੰਦੇ ਆ ਜੀ ਤੇ ਦੂਜੀ ਸਭ ਤੋਂ ਵੱਡੀ ਇੰਪੋਰਟੈਂਟ ਹੈ ਇਹਦੇ ਚੈਨਲ ਦੇ ਥਰੂ ਦੱਸਣਾ ਚਾਹੁੰਦਾ ਜੀ ਬੇਨਤੀ ਕਰਨਾ ਚਾਹੁੰਦਾ ਵੀ ਅਸੀਂ ਸਾਰੇ ਰਲ ਕੇ ਕੋਈ ਇਹੋ ਜਿਹਾ ਮੈਕੈਨਿਜ਼ਮ ਕ੍ਰੀਏਟ ਕਰੀਏ ਜੀ ਜਿਸ ਨਾਲ ਇਹਨਾਂ ਦੀ ਚੇਤਨੜ ਸਾਹਿਬ ਦੀ ਅਪੁਆਇੰਟਮੈਂਟ ਜਿਹੜੀ ਹੈਗੀ ਉਹ ਇੰਡੀਪੈਂਡੈਂਟ ਪੰਥ ਕੋਲੇ ਜਾਵੇ ਹਾਂਜੀ ਬੰਤਕੋੜੀ ਉਹ ਬੰਤਕੋੜੀ ਉਹ ਫੈਸਲਾ ਹੋਵੇ ਇਹਨਾਂ ਨੂੰ ਕਿੰਨੀ ਟਰਮ ਦੇਣੀ ਹੈ ਤਾਂ ਕਿ ਪੋਲਿਟਿਸ਼ੀਅਨ ਕੋਲੇ ਹੋਣੀ ਚਾਹੀਦੀ ਹੈ ਇਹ ਮੇਨ ਰੂਟ ਕਾ ਸਾਰੀਆਂ ਜਿੰਨੀ ਪ੍ਰੋਬਲਮ ਆਪਣੇ ਕੋ ਹੋ ਰਹੀ ਹੈ ਇਸ ਵੇਲੇ ਜੀ ਇਹ ਸਾਰੀਆਂ ਦਾ ਇਹ ਰੂਟ ਕਾਜ ਹੈ ਜੀ ਇਹਦੇ ਲਈ ਸਾਰੀ ਸਿੱਖ ਸੰਗਤ ਨੂੰ ਇਹ ਤੁਸੀਂ ਬੜਾ ਚੰਗਾ ਕੀਤਾ ਜੀ ਸਾਰੇ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਆਪਾਂ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਵਧਾਈ ਜਿੰਦਾ ਤੁਸੀਂ ਆਵਾਜ਼ ਚੱਕੀ ਹੈ ਤੇ ਮਹਾਰਾਜ ਕਿਰਪਾ ਕਰਨਗੇ ਕਿਸੇ ਦਿਨ ਕੋਈ ਟਾਈਮ ਆਊਗਾ ਇਹ ਆਜ਼ਾਦ ਹੋਣਗੇ ਅਕਾਲੀ ਫੁੱਲਾ ਸਿੰਘ ਵਰਗੇ ਜੱਥੇਦਾਰ ਜੀ ਰਹੋਣਗੇ ਫੇਰ ਆਪਾਂ ਲੋਕਾਂ ਦੀ ਸੇਵਾ ਕਰਾਉਣੇ ਦੀ ਗੀਬੜੀ ਸੇਵਾ ਕਰਾਂਗੇ। ਬਹੁਤ ਬਹੁਤ ਆਪ ਦਾ ਧੰਨਵਾਦ। ਇਹ ਸਤਗੁਰ ਸੱਚੇ ਪਾਤਸ਼ਾਹ ਦਾ ਆਪਣਾ ਤਖਤ ਹੈ ਉਹ ਹਿੰਮਤ ਵੀ ਬਖਸ਼ਣਗੇ ਆਪ ਦੇ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ। ਹਾਂਜੀ ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਵੀਰ ਜੀ? ਬਾਬਾ ਸਾਹਿਬ ਮੈਂ ਸਤਨਾਮ ਸਿੰਘ ਬੋਲ ਰਿਹਾ ਨੀ ਜਰਸੀ ਤੋਂ। ਹਾਂਜੀ ਸਤਨਾਮ ਸਿੰਘ ਜੀ ਹੁਕਮ ਕਰੋ। ਹਾਂਜੀ ਜਿਸ ਤਰ ਤੁਸੀਂ ਦਿਖਾਇਆ ਉਹ ਪੁਰਾਣੀਆਂ ਇੱਟਾਂ ਜੀ। ਇਸ ਤਰ੍ਹਾਂ ਗੱਲ ਕੀਤੀ ਵੀ ਮਤਲਬ ਬਾਲਨਵਾਲਦੀ ਤੇ ਪ੍ਰਾਣੀਆਂ ਤਾਂ ਜਿਹੜੀਆਂ ਸਾਮਕੇ ਨਹੀਂ ਰੱਖੀਆਂ ਗਈਆਂ ਹਾਂਜੀ ਪਰ ਮਤਲਬ ਇਹ ਸਾਲਾਤ ਤੱਕ ਰਾਤ ਕਿਦਾਂ ਪੈਦਾ ਹੋਈ ਵੀ ਉਸ ਨੂੰ ਇਦਾਂ ਇੰਨਾ ਢਾਉਣਾ ਪਿਆ ਜੀ 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 ਇਸ ਦੇ ਪਿੱਛੇ ਤਾਂ ਪੋਲਿਟੀਕਲ ਮੋਟਰ ਸੀਗਾ ਸਿਰ ਤੋਂ ਕਾਂਗਰਸ ਦਾ ਜੀ ਬਈ ਜਿਹੜਾ ਸਿੱਖਾਂ ਦੀ ਜਿਹੜੀ ਪਾਵਰ ਆ ਉਹਨੂੰ ਮਤਲਬ ਵੱਧ ਤੋਂ ਵੱਧ ਕਮਜ਼ੋਰ ਕੀਤਾ ਜਾਵੇ ਜੀ 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 ਇਸ ਦਾ ਸੁਪਰੀਮ ਸੁਪਰੀਮ ਸੁਪਾਨ ਸੀ ਇਹ ਜਿਹੜਾ ਅਕਾਲ ਤਖਤ ਸਾਹਿਬ ਜੀ ਉਸ ਨੂੰ ਮਤਲਬ ਪਹਿਲਾਂ ਤਾਂ ਤੁਹਾਨੂੰ ਪਤਾ ਕਿਸ ਤਰ੍ਹਾਂ ਚੱਲਦਾ ਆਇਆ ਸੀ ਵੀ ਜਦੋਂ ਡਿਵਾਈਡੇਸ਼ਨ ਹੋਈ ਸਿੱਖਾਂ ਨੂੰ ਮਤਲਬ ਕਿੱਦਾਂ ਡਿਵਾਈਡ ਕੀਤਾ ਗਿਆ ਕਿਸ ਤਰ੍ਹਾਂ ਅਸੀਂ ਮਤਲਬ ਸਾਨੂੰ ਸਾਡਾ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਚਲੇ ਗਿਆ ਹਾਂ 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 ਬੜਾ ਬੜਾ ਲਾਇਲਪੁਰ ਮਤਲਬ ਹਾਰਟ ਸੀ ਸਿੱਖਾਂ ਦਾ ਜੀ ਉਹ ਤੇ ਰਹਿ ਗਿਆ ਉਸ ਤੋਂ ਬਾਅਦ ਲੋਕ ਜਦੋਂ ਡਿਵਾਈਡੇਸ਼ਨ ਉਸ ਤੋਂ ਬਾਅਦ ਉਹ ਚੱਲਦੇ 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 ਮੋਟੋ ਜਿਹੜਾ ਇੱਕ ਪੋਲੀਟੀਕਲ ਮਤਲਬ ਐਂਗਰ ਸੀ ਜਿਹੜਾ ਇੰਦਰਾ ਗਾਂਧੀ ਤੇ ਦਲ ਦੇ ਵਿੱਚ ਹਾਂਜੀ 1970 77 ਦਾ ਜਿਹੜਾ ਹਾਂਜੀ ਉਹ ਸिखਾ ਨੇ ਮਤਲਬ ਕੀ ਕਹਿੰਦੇ ਆ ਮਦਦ ਕੀਤੀ ਉਸ ਵੇਲੇ ਜੀ ਸੰਤਾ ਪਾਰਟੀ ਦੇ ਨਾਲ ਨਾਲ ਬਾਦਲ ਸਰਕਾਰ ਬਣੀ ਜੋ 77 ਦੇ ਵਿੱਚ ਇੰਦਰਾ ਗਾਂਧੀ ਹਾਈ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਵਿਚਾਰ ਜਿਹੜੇ ਹੈ ਕਿ ਅਕਾਲ ਤਖਤ ਸਾਹਿਬ ਦੇ ਤੱਕ ਤੇ ਜਿਹੜਾ ਉਹਨੇ ਕੀ ਕਹਿੰਦੇ ਆ ਅੱਛੀ ਅਟੈਕ ਜਿਹੜਾ ਮਤਲਬ ਹੋਇਆ 84 ਦੇ ਵਿੱਚ ਉਹਦੇ ਵਿੱਚ ਬੰਦਾ ਵੀ ਸਾਡਾ ਯੂਜ਼ ਕੀਤਾ ਅੰਜਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਯੂਜ਼ ਕੀਤਾ ਔਰ ਉਹਨਾਂ ਨੇ ਉਹਨੂੰ ਉਸ ਉਹਨਾਂ ਨੇ ਵੀ ਉਸ ਨੂੰ ਕਿਲਾ ਬਣਾਇਆ ਮਤਲਬ ਇਸ ਕਸੂਰ ਸਾਡੇ ਸਿੱਖਾਂ ਤੇ ਹੀ ਆਉਂਦਾ ਜਿਹੜਾ ਢਾਇਆ ਵੀ ਗਿਆ ਜੀ ਇੰਦਾ ਜੀ ਕਿ ਇਹ ਮਸਲਾ ਦੂਸਰਾ ਹੈ ਫਿਰ ਕਦੀ ਇਸ ਤੇ ਵੀ ਵਿਚਾਰ ਕਰਾਂਗੇ ਮੈਂ ਤੁਹਾਡੇ ਨਾਲ ਸਾਈ ਮੈਗਜ਼ੀਨ ਦਾ ਮਤਲਬ ਪਾਠਕ ਰਿਹਾ ਜੀ ਜੀ ਪੁਰਾਣਾ ਬਹੁਤ ਇਹ ਆਪਾਂ ਇਸ ਵੇਲੇ ਜਸ ਪੰਜਾਬੀ ਦੀ ਕਰ ਰਹੇ ਹਾਂ ਤੁਹਾਡੇ ਵਿਚਾਰ ਅਸੀਂ ਸੁਣੇ ਹੈਗੇ ਆ ਉਸ ਦੇ ਉਹਦੇ ਜਿਹੜੇ ਕਾਰਨ ਹਨ ਅਕਾਲ ਤਖਤ ਸਾਹਿਬ ਨੂੰ ਢਾਣ ਦੇ ਕੋਈ ਵੀ ਕਾਰਨ ਕੁਝ ਵੀ ਹੋ ਜਾਏ ਉਸ ਨੂੰ ਢਾਣ ਦਾ ਉਸ ਇਮਾਰਤ ਦਾ

ਆਪ ਆਪਣੇ ਵਿਚਾਰ ਦਿਓ ਤਾਂ ਕਿ आई थिंक इट्स एन एक्सीलेंट एफर्ट ਪਹਿਲਾ ਆਵਾਜ਼ ਟੀਵੀ ਦੀ ਹਲਕੀ ਕਰ ਲਓ ਹੌਲੀ ਕਰ ਲਓ ਬਹੁਤ ਅੱਛੇ ਐਫਰਟਸ ਨੇ ਜੀ ਜੀ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ ਜੀ ਇਟਸ ਐਕਸਲੈਂਟ ਬਹੁਤ ਅੱਛਾ ਪ੍ਰੋਗਰਾਮ ਹੈ ਔਰ ਅਸੀਂ ਬੜੇ ਵੀ ਲੁੱਕ ਫਾਰਵਰਡ ਟੂ ਵਾਚਿੰਗ ਥਿਸ ਜੀ ਐਂਡ ਜਸਟ ਕੀਪ ਇਟ ਅਪ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਹ ਗੱਲ ਕਰਨ ਚਾਹਣਾ ਜੀ ਟੀਵੀ ਤੇ ਆਪਣੇ ਆਪ ਜੀ ਦਾ ਸ਼ੁਭਨਾਮ ਵੀਰ ਜੀ ਮੇਰਾ ਨਾਮ ਗੁਰਮੇਲ ਸਿੰਘ ਹਾਂਜੀ ਗੁਰਮੇਲ ਸਿੰਘ ਜੀ ਆਲਵਨੀ న్యూ ਯਾਰਕ ਹਾਂਜੀ ਹਾਂਜੀ ਹੁਕਮ ਕਰੋ ਤੇ ਮੈਂ ਉਹਨਾਂ ਨਾਲ ਗੱਲ ਕਰਨਾ ਚਾਹਣਾ ਟੀਵੀ ਤੇ ਉਹਨਾਂ ਨਾਲ ਬੱਦੇ ਵਾਸਤੇ ਕਿਹਨਾਂ ਨਾਲ ਕੀਨਾਂ ਨਾਲ ਦਾ ਜੋ ਟੀਵੀ ਤੇ ਦਿਖਾ ਰਹੇ ਹੈ ਜਸ ਪੰਜਾਬੀ ਕਈ ਮੈਂ ਗੁਰਚਰਨਜੀਤ ਸਿੰਘ ਲਾਂਬਾ ਬੋਲ ਰਿਹਾ ਜੀ ਜਿਹੜਾ ਟੀਵੀ ਦੇ ਉੱਤੇ ਕੋਈ ਆਪ ਦਾ ਸੁਝਾਅ ਜਾਂ ਸਵਾਲ ਹੈ ਇਹਦੇ ਬਾਰੇ ਇਸ ਪ੍ਰੋਗਰਾਮ ਅੱਜ ਦੇ ਇਸ ਪ੍ਰੋਗਰਾਮ ਬਾਰੇ ਹਾਂਜੀ ਹਾਂਜੀ ਦੱਸੋ ਮੇਰਾ ਸੁਝਾਅ ਹੋਇਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਆਵਾਜ਼ ਆ ਰਹੀ ਹੈ ਹੁਕਮ ਕਰੋ ਇਹ ਮੇਰਾ ਤਾਂ ਸੁਝਾਅ ਇਹ ਹੈ ਜੀ ਹਾਂਜੀ ਅੱਜ ਅੱਜ ਕੱਲ ਦੇ ਜੋ ਜਸੇਦਾਰ ਹੈ ਹਾਂਜੀ ਇਹਨਾਂ ਨੂੰ ਥੋੜਾ ਜਿਹਾ ਜੀ ਮੌਮ ਦੇ ਵਾਸਤੇ ਜੋ ਵੀ ਕਰ ਰਹੇ ਆ ਜੀ ਇਹਨਾਂ ਨੂੰ ਵੀ ਥੋੜਾ ਜਿਹੀ ਕਾਪੀ ਜੱਥੇਦਾਰ ਫੂਲਾ ਸਿੰਘ ਦੀ ਕਰਦੀ ਚਾਹੀਦੀ ਹੈ ਕਿ ਹੁਕਮਨਾਮਾ ਜਾਰੀ ਕਰ ਦਿੰਦੇ ਹੈ ਉਸ ਹੁਕਮਨਾਮੇ ਨੂੰ ਜੀ ਜੋ ਮੋਰੇ ਸੰਗਤ ਹੈ ਉਹਨਾਂ ਪ੍ਰਵਾਨ ਨਹੀਂ ਕਰਦੀ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿੰਨੀਆਂ ਲੜਾਈਆਂ ਹੋ ਚੁੱਕੀਆਂ ਅਮਰੀਕਾ ਤੋਂ ਵਿੱਚ ਲੜਾਈਆਂ ਹੋ ਰਹੀਆਂ ਨੇ ਕੁਰਸੀਆਂ ਗੁਰਦੁਆਰੇ 'ਚ ਰੱਖੀਆਂ ਜੀ ਜੋ ਰੱਖੀਆਂ ਜਾ ਰਹੀਆਂ ਨੇ ਇਹ ਕਿ ਨਾ ਮੁੱਦਿਆਂ ਨੂੰ ਪਾਸ ਕਰਨਾ ਪਹਿਲਾਂ ਸਾਰੀ ਸੰਗਤ ਤੋਂ ਇਸ ਤਰ੍ਹਾਂ ਅਲਸਰ ਲੈਣਾ ਕੋਈ ਨਾ ਸਰ ਉਸ ਤੋਂ ਬਾਅਦ ਇਹ ਆਪਣੇ ਜੋ ਵੀ ਹੁਕਮਨਾਮੇ ਚਾਰੀ ਕਰਨਾਂ ਉਦਾਂ ਕੋਈ ਹਰ ਇੱਕ ਸੰਗਤ ਜੀ ਇਹ ਉਹਦੇ ਤੇ ਅਮਲ ਕਰ ਸਕੇ ਕਿ ਉਹਦਾ ਪ੍ਰਵਾਨ ਹੁਕਮਨਾਮਾ ਇਹ ਨਾ ਹੁਕਮਨਾਮਾ ਜੋ ਦਿੱਤੀ ਹੈ ਤੁਹਾਡੇ ਇਸ ਨੂੰ ਮੈਂ ਇੱਕ ਲਫਜ਼ ਦੇ ਵਿੱਚ ਇਸ ਨੂੰ ਸਮਾਪ ਕਰਾਂਗਾ ਕਿ ਜਿਹੜਾ ਹੁਕਮ ਹੁੰਦਾ ਹੈ ਜਿਹੜਾ ਅਕਾਲ ਦਾ ਹੁਕਮ ਹੈ ਜਾਂ ਜਿਹੜਾ ਹੁਕਮਨਾਮਾ ਹੈ ਉਹ ਕੋਈ ਵੋਟਾਂ ਦਾ ਪ੍ਰੋਸੈਸ ਨਹੀਂ ਹੈ ਕਿ ਉਸਦੇ ਤੇ ਵੋਟਾਂ ਕਰਾ ਲੀਆਂ ਜਾਣ ਫਿਰ ਉਸ ਨੂੰ ਗੱਲ ਕੀਤੀ ਜਾਏ ਹੁਣ ਗੁਰੂ ਸਾਹਿਬ ਨੇ ਵੀ ਹੁਕਮ ਦਿੱਤਾ ਹੈ ਸ਼ਰਾਬ ਨਾ ਪੀਓ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਸਾਬਤ ਸੂਰਤ ਰਹੋ ਗੁਰੂ ਸਾਹਿਬ ਨੇ ਹੁਕਮ ਕੀਤਾ ਪਰ ਤਨਗਾਮੀ ਨਾ ਹੋਵੋ ਹੁਣ ਜੇ ਕੋਈ ਹੁਕਮ ਨਹੀਂ ਮੰਨਦਾ ਤਾਂ ਉਸ ਦੇ ਵਿੱਚ ਹੁਕਮ ਜਾਂ ਹੁਕਮਨਾਮੇ ਦੀ ਕੋਈ ਕਮੀ ਨਹੀਂ ਹੈ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਹਨ ਜਿਸ ਤਰ੍ਹਾਂ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਹਨ ਉਹ ਸਾਨੂੰ ਸਮਝਣਾ ਪਏਗਾ ਔਰ ਇੱਕ ਗੱਲ ਹੋਰ ਚੇਤੇ ਰੱਖਣੀ ਪਏਗੀ ਕਿ ਕੋਈ ਵੀ ਅਥਾਰਟੀ ਹੈ ਜਿਵੇਂ ਕਿੰਦਰੇ ਵੀ ਸੁਪਰੀਮ ਕੋਰਟ ਦੀ ਕੋਈ ਅਥਾਰਟੀ ਹੈ even an illegal order is legal and binding till it is cancelled or reviewed by the higher authority so jehde akal tak sahab de hukam han haan ji nazar aaye han jinnek vi vichare gaye han jitnek vi samne aaye han oh jo panthak maryada ansar han haan mudmud assi jaake koshish na kariye kyunki oh implementing authority nahi hai jinne hukmname han oh sare de sare maryada mutabik han assi agli call lavange bahut bahut dhanwad हां जी जी हेलो हां जी कौन बोल, जी? बोल रहे जी मैं अंकुश ग्रेवाल बोल रहा हूं जी जी ग्रेवाल साहब विकास जी सत श्री अकाल जी मैं हुनी हुकुम जिथे ਤੁਸੀਂ ਗੱਲ ਕੀਤੀ ਸੀਗੀ ਆਕਾਲ ਤਖਤ ਸਾਹਿਬ ਦੇ हां जी ਕਿ ਮਹਾਰਾਜ ਰਣਜੀਤ ਨੇ ਸਾਫ ਤੋਂ ਹੁਕਮਨਾਮਾ ਜਾਰੀ ਉਹਨਾਂ ਵਾਸਤੇ ਹੋਇਆ ਸੀਗਾ ਜੀ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਆਕਾਸਿਕ ਸਾਹਿਬ ਦੀ ਜਿਹੜੀ ਜਿਹੜੀ ਬਿਲਡਿੰਗ ਹੈ ਹਾਂਜੀ ਉਹ ਮਹਾਰਾਜ ਦਰਨਜੀਤ ਸਿੰਘ ਦੇ ਰਾਜ ਦੇ ਵਿੱਚ ਅੰਡਰ ਨਹੀਂ ਸੀ ਜੀ ਕਿਉਂਕਿ ਕਿਸੇ ਦਾ ਰਾਜ ਹੋਵੇ ਜੀ ਔਰ ਉਹ ਕਿਸੇ ਤੋਂ ਅਥਾਰਟੀ ਨੂੰ ਨਾਵਲ ਤੋਂ ਜਾਰੀ ਹੋਵੇ ਕੋਈ ਨਾਵਲ ਤੋਂ ਕੋਈ ਸਜਾ ਸੁਣਾਈ ਜਾਏ ਜੀ ਤੇ ਇਹਦਾ ਮਤਲਬ ਹੈ ਕਿ ਉਹ ਅਥਾਰਟੀ ਉਸ ਰਾਜ ਤੋਂ ਉੱਪਰ ਹੈ ਜੀ ਤੇ ਤੋਂ ਉਹ ਨਹੀਂ ਲਗਦਾ ਇਸ ਤਰ੍ਹਾਂ ਕਿ ਇਹ ਜੋ ਬਿਲਡਿੰਗ ਹੈ ਜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਦੇ ਟਾਈਮ ਦੀ ਤੋਂ ਰਾਜ ਤੋਂ ਬਾਹਰ ਹੈ ਜੀ ਉਹ ਉਹਨਾਂ ਦੇ ਅੰਡਰ ਨਹੀਂ ਸੀਗੀ ਹਾਂਜੀ ਦੇਖੋ ਅਕਾਲ ਤਖਸਬ ਨੂੰ ਬਿਲਡਿੰਗ ਦੇ ਨਾਲ ਨਹੀਂ ਅਸੀਂ ਕੰਪੇਅਰ ਕਰ ਸਕਦੇ ਜਦੋਂ ਅਕਾਲ ਤਖਸਬ ਢਾ ਦਿੱਤਾ ਗਿਆ ਦਰਸ਼ਨੀ ਡਿਉੜੀ ਦੇ ਵਿੱਚ ਵੀ ਉਹ ਹੁਕਮ ਜਾਰੀ ਹੋਏ ਉੱਥੋਂ ਵੀ ਹੁਕਮਨਾਮੇ ਜਾਰੀ ਹੁੰਦੇ ਰਹੇ ਹਨ ਸੋ ਇਹ ਇਮਾਰਤ ਦੀ ਗੱਲ ਨਹੀਂ ਇਹ ਇਮਾਰਤ ਦੀ ਬੁਨਿਆਦ ਇਮਾਰਤ ਦਾ ਕਨਸੈਪਟ ਇਮਾਰਤ ਜੋ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਬਣਾਈ ਹੈ ਇਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਹੈ ਸੋ ਉਹਨਾਂ ਦੀ ਜਿਵੇਂ ਸ਼ੁਰੂ ਵਿੱਚ ਬੇਨਤੀ ਕੀਤੀ ਹੈ ਅਕਾਲ ਤਖਤ ਸਾਹਿਬ ਦਾ ਕਨਸੈਪਟ ਉਸ ਦਾ ਹੁਕਮ ਉਸ ਦਾ ਹੁਕਮਨਾਮਾ ਇਹ ਸਮਾਬਦ ਨਹੀਂ ਹੈ ਸੀਮਾਬਦ ਨਹੀਂ ਹੈ ਸੋ ਆਪ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਅਸੀਂ ਲਵਾਂਗੇ ਹਾਂ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਹਾਂ ਜੀ ਆ ਟੀਵੀ ਦੀ ਆਵਾਜ਼ ਕੱਟ ਕਰੋ ਤੁਹਾਡੀ ਆਵਾਜ਼ ਟੀਵੀ ਦੀ ਆਵਾਜ਼ ਚ ਆ ਰਹੀ ਹੈ ਆਪ ਦੱਸੋ ਕੌਣ ਬੋਲ ਰਹੇ ਹੋ ਹੁਕਮ ਕਰੋ ਹੈਲੋ ਜ਼ਾਂਬਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਧਾਈ ਦਵਾਂਗਾ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਜੇ ਜੋ ਸੈਗਮੈਂਟ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਰੇ ਜੋ ਤੁਸੀਂ ਇਤਿਹਾਸ ਦਾ ਪਿਛੋਕੜ ਦਰਾਇਆ ਜੀ ਬੜੇ ਸੁਚੇਤੇ ਢੰਗ ਦੇ ਨਾਲ ਇਹ ਤੁਸੀਂ ਸੇਵਾ ਨਿਭਾਈ ਹੈ ਜੀ ਮੈਂ ਤੇ ਤੁਹਾਨੂੰ ਅਸੀਂ ਸਮੂਹ ਸਿੱਖ ਜਗਤ ਵੱਲੋਂ ਤੁਹਾਨੂੰ ਵਧਾਈ ਦਿੰਦੇ ਆ ਕਿ ਤੁਸੀਂ ਬਹੁਤ ਹੀ ਨੌਲੇਜ ਦੇ ਨਾਲ ਸਾਨੂੰ ਇਹ ਜੋ ਇਤਿਹਾਸ ਦਾ ਪਿਛੋਕੜ ਦੱਸਿਆ ਹੈ ਤੁਹਾਡੇ ਆਸੀ ਬਹੁਤ ਬਹੁਤ ਧੰਨਵਾਦੀ ਆ ਲੇਕਿਨ ਇਸ ਸੈਗਮੈਂਟ ਦੇ ਵਿੱਚ ਜਿਹੜੇ ਤੁਸੀਂ ਦੋ ਸੈਗਮੈਂਟ ਦੱਸੇ ਨੇ ਜੀ ਇਸ ਤੋਂ ਜਿਹੜੇ ਅਗਲੇ ਸੈਗਮੈਂਟ ਹੋਣਗੇ ਉਹਨਾਂ ਦੇ ਵਿੱਚ ਕੁਐਸਚਨ ਨਿਕਲਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਧਾਈ ਦੇ ਪਾਤਰ ਜਸ ਪੰਜਾਬੀ ਹੈ ਇਹ ਕੱਲ ਲੈ ਕੇ ਫਿਰ ਅਸੀਂ ਇਸ ਨੂੰ ਸਮ ਅਪ ਕਰਾਂਗੇ ਹਾਂਜੀ ਹੈਲੋ ਹਾਂਜੀ ਕੋਣ ਬੋਲ ਰਿਹਾ ਜੀ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਬੋਲ ਰਿਹਾ ਵੀਰ ਜੀ ਮੈਂ ਜੀ ਹਰਪ੍ਰੀਤ ਸਿੰਘ ਭਾਟਿਆ ਬੋਲਦਾ ਜੀ ਹਾਂ ਜੀ ਭਾਟਿਆ ਸਾਹਿਬ ਹੁਕਮ ਕਰੋ ਜੀ ਤੁਹਾਡਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਜੀ ਪ੍ਰੋਗਰਾਮ ਤੇ ਇਹ ਇਸ ਤਰ੍ਹਾਂ ਚਲਾਈ ਜਾਓ ਪ੍ਰੋਗਰਾਮ ਤੇ ਮਨਸਾ ਸਾਡੀ ਤਾਂ ਕਿ ਸਾਡੀ ਆਵਾਮ ਨੂੰ ਨਜ਼ਰ ਆਇਆ ਕਿ ਸਾਰੇ ਕੀ ਹੋ ਰਿਹਾ ਠੀਕ ਹੈ ਤੁਸੀਂ ਤੁਰਦੇ ਰਹੋ ਜਸ ਪੰਜਾਬੀ ਦੇ ਨਾਲ ਪ੍ਰੋਗਰਾਮ ਚੱਲਦਾ ਰਹੇਗਾ ਜਿੰਨੀ ਦੇਰ ਤੁਸੀਂ ਚਲਾਓਗੇ ਚੱਲੇਗਾ ਗੁਰੂ ਕਿਰਪਾ ਕਰੇਗਾ ਹਾਂ ਜੀ ਅਗਲੀ ਕਾਲ ਲਵਾਂਗੇ ਜੀ ਹਾਂ ਜੀ ਹੈਲੋ ਹੈਲੋ ਹਾਂ ਜੀ ਕੌਣ ਬੋਲ ਰਿਹਾ ਜੀ ਹੈਲੋ ਸਤਿ ਸ਼ਕਾਲ ਸਤਿ ਸ਼ਕਾਲ ਜੀ ਹਾਂ ਜੀ ਮੈਂ ਰਾਜਿੰਦਰ ਸਿੰਘ ਸਿੱਖੋ ਬੋਲਦਾ ਜੀ ਹਾਂ ਜੀ ਸਿੱਖੋ ਸਾਹਿਬ ਹਾਂ ਜੀ ਹਾਂ ਜੀ ਮੈਂ ਪ੍ਰੋਗਰਾਮ ਦੇਖਦਾ ਸੀ ਕਿ ਮੈਂ ਆਇਆ ਸੀ ਮੈਂ ਰਿਆਰ ਸਾਹਿਬ ਦਾ ਵੇਟ ਕਰਦਾ ਸੀ ਪ੍ਰੋਗਰਾਮ ਦੀ ਥੋੜਾ ਪ੍ਰੋਗਰਾਮ ਆਇਆ ਬਹੁਤ ਵਧੀਆ ਵਿਚਾਰ ਲੱਗੇ ਜੀ ਜੀ ਤੁਸੀਂ ਆਪਣੀਆਂ ਪਿਕਚਰਾਂ ਦੇ ਨਾਲ ਤੁਸੀਂ ਐਕਸਪਲੇਨ ਕਰਦੇ ਹੋ ਉਹ ਬਹੁਤ ਇੰਟਰਸਟਿੰਗ ਲੱਗਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਸੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਉਸ ਦੀ ਮਹੱਤਤਾ ਔਰ ਉਸ ਦੀ ਇੰਪੋਰਟੈਂਸ ਦੇ ਬਾਰੇ ਕਰ ਰਹੇ ਸੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਕੁਝ ਇਸ ਦੇ ਬਾਰੇ ਕਹਿਣਾ ਬਣਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾ ਕੇਵਲ ਦੰਡ ਸਜ਼ਾਵੀ ਦਿੱਤੀ ਗਈ ਬਲਕਿ ਅਕਾਲ ਤਖਤ ਸਾਹਿਬ ਤੋਂ ਸਨਮਾਨ ਵੀ ਕੀਤਾ ਗਿਆ ਜਿਵੇਂ ਆਪ ਤਸਵੀਰ ਨੰਬਰ 11 14 ਦੇ ਵਿੱਚ ਵੇਖ ਰਹੇ ਹੋ ਪੰਥ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਕੁਝ ਪੰਥਲੀ ਕੰਮ ਕੀਤੇ ਹਨ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਨਮਾਨਿਆ ਵੀ ਗਿਆ ਜਿਨ੍ਹਾਂ ਵਿੱਚ ਬਾਬਾ ਖੜਕ ਸਿੰਘ ਜੀ ਭਾਈ ਰਣਤੀਰ ਸਿੰਘ ਜੀ ਸਰਦਾਰ ਕਪੂਰ ਸਿੰਘ ਜੀ ਔਰ ਯੋਗੀ ਹਰਪਜਨ ਸਿੰਘ ਜੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨਿਆ ਗਿਆ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਇਹ ਕਿਸੇ ਕੋਈ ਵੀ ਮਤ ਸਮਝੇ ਇਹ ਕੋਈ ਭੁਲੇਖੇ ਵਿੱਚ ਨਾ ਰਹੇ ਕਿ ਕੋਈ ਆਪਣੀ ਇਸ ਤੋਂ ਉੱਤੇ ਹੈ ਇਹ ਜੋ ਤਸਵੀਰਾਂ ਹਨ 16 اور 17 اے بڑی تیزی ਨਾਲ ਅਸੀਂ ਵੇਖਾਂਗੇ ਕਿ ਜਿਨ੍ਹਾਂ ਨੂੰ ਇਸ ਅਕਾਲ ਤਖਤ ਸਭ ਤੋਂ تنخواہ وی ਲਈ ਗਈ 16 ਨੰਬਰ ਤਸਵੀਰ ਦੇ ਵਿੱਚ ਆਪ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਮਾਸਟਰ ਤਾਰਾ ਸਿੰਘ ਜੀ اور جنਾਂ ਦੀ ਪੂਰੀ ਦੀ ਪੂਰੀ ਵਰਕਿੰਗ ਕਮੇਟੀ ਨੂੰ ਹਾਲਾਂ ਉਹਨਾਂ ਦਾ 50 ਸਾਲ ਅਕਾਲੀ ਦਲ ਤੇ ਕਬਜ਼ਾ ਸੀ ਅਕਾਲੀ ਦਲ ਦੇ ਉੱਤੇ ਗਲਬਾ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ ਪਰ ਉਹਨਾਂ ਨੇ ਆਪਣੇ ਆਪ ਨੂੰ ਨਿਮਾਣੇ ਸਿੱਖ ਦੇ ਵਜੋਂ ਇੱਕ ਮਹੀਨੇ ਤੱਕ ਉੱਥੇ ਜੋੜਿਆਂ ਦੀ ਸੇਵਾ ਔਰ ਲੰਗਰ ਦੀ ਕੀਤੀ 1984 ਦੇ ਕਾਂਡ ਲਈ ਜ਼ਿੰਮੇਵਾਰ ਉਸ ਵੇਲੇ ਸੁਪਰੀਮ ਕਮਾਂਡਰ ਆਫ ਦਿ ਆਰਮਡ ਫੋਰਸਸ ਜ਼ੈਲ ਸਿੰਘ ਉਹਨਾਂ ਨੂੰ ਵੀ ਉੱਥੋਂ ਸਜ਼ਾ ਮਿਲੀ ਗਈ ਇਸ ਦੇ ਬਾਅਦ 17 ਨੰਬਰ ਤਸਵੀਰ ਦੇ ਵਿੱਚ ਆਪ ਦੇਖ ਰਹੇ ਹੋ ਬੂਟਾ ਸਿੰਘ ਪਸ਼ੋਰਾ ਸਿੰਘ ਜਾਂ ਈਵਨ ਸਰਜੀਤ ਸਿੰਘ ਬਰਨਾਲਾ ਜਾਂ ਹੋਰ ਵੀ ਜਿਤਨੇ ਜਿਨ੍ਹਾਂ ਨੇ ਵੀ ਕੋਈ ਇਸਤੇਬਾਰੇ ਅਵਤਾਰ ਸਿੰਘ ਹਿਤ ਵਗੈਰਾ ਜਿਸ ਨੇ ਵੀ ਕੋਈ ਪੰਥਕ ਤੌਰ ਦੇ ਉੱਤੇ ਕੋਈ ਵੀ ਗੁਨਾਹ ਕੀਤੇ ਹਨ ਉਹਨਾਂ ਨੂੰ ਇੱਥੋਂ ਸਜ਼ਾ ਮਿਲੀ ਇਸ ਦੇ ਬਾਅਦ ਇੱਕ ਅਫਸੋਸਨਾਕ ਗੱਲ ਹੈ ਕਿ ਜਿਹੜੇ ਪਿਛਲੇ ਅਸੀਂ ਕੁਝ ਸਮੇਂ ਵਿੱਚ ਦੇਖਿਆ ਹੈ ਸਿੰਘ ਸਾਹਿਬ ਜਿਹੜੇ ਇੱਥੇ ਦੇ ਥਾਪੇ ਜਾਂਦੇ ਹਨ ਜਿਨ੍ਹਾਂ ਦਾ ਰੁਤਬਾ ਉਸ ਅਸਥਾਨ ਦੇ ਵਲੀ ਦੇ ਕਰੀਬ ਹੈ ਜਿਵੇਂ ਸ੍ਰੀ ਹਰਗੋਬਿੰਦ ਸਾਹਿਬ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਸ ਸਥਾਨ ਤੇ ਬੈਠ ਕੇ ਹੁਕਮ ਦਿੰਦੇ ਸਨ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜਥੇਦਾਰ ਜੁਗਿੰਦਰ ਸਿੰਘ ਇਸ ਸਥਾਨ ਤੇ ਰਹੇ ਪਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇਕਾਰ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ ਗਿਆ ਉਹ ਇੱਕ شعور اور ਕੋਈ ਕੌਮ ਲਈ ਫਖਰ ਦੀ ਗੱਲ ਨਹੀਂ ਕਹੀ ਜਾ ਸਕਦੀ ਅਕਾਲ ਤਖਤ ਸਾਹਿਬ ਨੇ ਕਈ ਹੁਕਮਨਾਮੇ ਜਾਰੀ ਕੀਤੇ ਜਿਵੇਂ ਆਪ ਤਸਵੀਰ 20 ਦੇ ਵਿੱਚ ਦੇਖ ਰਹੇ ਹੋ ਔਰ ਇਹ ਇਤਿਹਾਸਕ ਦਸਤਾਵੇਜ਼ ਹਨ ਜਿਵੇਂ ਕਿ 1928 ਦੇ ਵਿੱਚ बाबू ਤੇਜਾ ਸਿੰਘ ਪਸੌੜ ਉਹਨਾਂ ਬਾਰੇ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਅਰਦਾਸ ਦੇ ਵਿੱਚ ਤਬਦੀਲੀ ਕੀਤੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੇ ਵਿੱਚ ਤਬਦੀਲੀ ਕੀਤੀ 1978 ਦੇ ਵਿੱਚ ਨਿਰੰਕਾਰੀਆਂ ਨਕਲੀ ਨਿਰੰਕਾਰੀਆਂ ਦੇ ਖਿਲਾਫ ਭਾਗ ਸਿੰਘ ਅੰਬਾਲਾ ਵਾਲੇ ਦੇ ਖਿਲਾਫ ਨਾਸਤਕਾਂ ਦੇ ਬਾਰੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਪਰੰਤੂ ਕੀਤਾ ਔਰ ਇਸ ਤਰੀਕੇ ਦੇ ਨਾਲ ਹੁਣ ਵੀ ਜਿਹੜਾ ਸਿਗਾ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਵੀ ਕਿ ਇਹ ਕੌਮ ਦੇ ਵਿੱਚ ਦੁੱਬਦਾ ਪੈਦਾ ਕਰ ਰਹੇ ਹਨ ਇਹ ਹੁਕਮਨਾਮੇ ਵੀ ਜਾਰੀ ਕੀਤੇ ਗਏ ਅਖੀਰ ਦੇ ਵਿੱਚ ਹੁਣ ਦੇ ਜਿਹੜੇ ਮੌਜੂਦਾ ਜਥੇਦਾਰ ਹਨ ਅਖੀਰਲੀ ਤਸਵੀਰ ਜਿਹੜੀ ਸਾਡੇ ਕੋਲ ਹੈ ਇਹ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਹੈ ਜਿਹੜੇ ਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਹਨ ਔਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਇਹਨਾਂ ਬਾਰੇ ਕੇਵਲ ਇੱਕ ਗੱਲ ਕਹਿਣੀ ਚਾਹਾਂਗੇ ਔਰ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ ਇਸਲਾਮ ਦੇ ਵਿੱਚ ਇੱਕ ਬਹੁਤ ਸੋਹਣਾ ਤਸਵਰ ਹੈ ਇਕ ਕਨਸੈਪਟ ਹੈ ਉਸ ਦੇ ਵਿੱਚ ਇੱਕ ਦੁਆ ਹੈ ਇੱਕ ਬੇਨਤੀ ਕੀਤੀ ਜਾਂਦੀ ਹੈ اے ਖੁਦਾ ਤੂੰ ਰਸੂਲ ਦੇ ਉੱਤੇ ਤੂੰ ਮੁਹੰਮਦ ਸਾਹਿਬ ਦੇ ਉੱਤੇ ਤੂੰ عطا ਫਰਬਾ ਤੂੰ ਉਹ ਬਖਸ਼ਿਸ਼ ਕਰ ਜਿਸ ਲਈ ਤੂੰ ਉਹਨਾਂ ਨੂੰ ਭੇਜਿਆ ਹੈ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰ ਸਕਦੇ ਹਾਂ ਇਹ ਅਰਦਾਸ ਕਰ ਸਕਦੇ ਹਾਂ ਏ ਸਤਗੁਰ ਸੱਚੇ ਪਾਤਸ਼ਾਹ ਤੂੰ ਆਪਣੇ ਤਖਤ ਦੇ ਉਸ ਜਥੇਦਾਰ ਨੂੰ ਉਹ ਹਿੰਮਤ ਦੇ ਉਹ ਸੋਜੀ ਦੇ ਉਹ ਤਾਕਤ ਦੇ ਤਾਕਿ ਤੇਰੇ ਹੁਕਮਾਨ ਸਾਹਿਬ ਉਹ ਅਕਾਲ ਤਖਤ ਸਾਹਿਬ ਦਾ ਸੰਚਾਲਨ ਕਰ ਸਕਣ ਕੌਮ ਨੂੰਗਵਾਈ ਦੇ ਸਕਣ ਇਹਨਾਂ ਵਿਚਾਰਾਂ ਦੇ ਨਾਲ ਅਸੀਂ ਆਪ ਦੇ ਵਿਚਾਰਾਂ ਨੂੰ ਜਿਹੜੇ ਅਸੀਂ ਟੈਲੀਫੋਨ ਰਾਹੀਂ ਨਹੀਂ ਲੈ ਸਕੇ ਤੁਹਾਨੂੰ ਜ਼ਰੂਰ ਬੇਨਤੀ ਹੈ ਇਹ ਸਾਡਾ ਇਕੱਲੇ ਦਾ ਮਸਲਾ ਨਹੀਂ ਪੰਥ ਦਾ ਮਸਲਾ ਹੈ ਪੰਥ ਦੀ ਆਵਾਜ਼ ਹੈ ਔਰ ਇਹ ਆਪ ਨੇ ਜ਼ਰੂਰ info@justpunjabi.com ਦੇ ਉੱਤੇ ਜਾਂ ਫੋਨ ਕਰਕੇ ਆਪ ਦੇ ਆਪਣੇ ਵਿਚਾਰਾਂ ਨੂੰ ਦੱਸਣਾ ਤਾਂਕਿ ਤੁਹਾਡੀ ਆਵਾਜ਼